ਸ਼ਾਮ ਦੇ ਤੁਸੀਂ ਵੇਖ ਰਹੇ ਹੋ ਗੱਲਾਂ ਤੇ ਗੀਤ ਜ਼ਿੰਦਗੀ ਨੂੰ ਲੈ ਕੇ ਅਸੀਂ ਅਕਸਰ ਉਲਝੇ ਰਹਿੰਦੇ ਆਂ ਜ਼ਿੰਦਗੀ ਕੀ ਹੁੰਦੀ ਹੈ ਜ਼ਿੰਦਗੀ ਨੂੰ ਜੀਉਣ ਦਾ ਸਹੀ ਤਰੀਕਾ ਕੀ ਹੈ ਇੱਕ ਸਿੱਧੀ ਸਾਦੀ ਗੱਲ ਹੈ ਸਿੰਪਲ ਜੀ ਗੱਲ ਹੈ ਸਧਾਰਨ ਜੀ ਗੱਲ ਹੈ ਜਿੱਦਾਂ ਤੁਸੀਂ ਸੋਚੋਗੇ ਜ਼ਿੰਦਗੀ ਉਦਾਂ ਦੀ ਹੈ ਤੁਸੀਂ ਸਮਝੋ ਜ਼ਿੰਦਗੀ ਯਾਰ ਬੜੀ ਉਲਝਨਾ ਭਰੀ ਹੈ ਤੇ ਉਲਝਨਾ ਭਰੀ ਬਣ ਜਾਏਗੀ ਜ਼ਿੰਦਗੀ ਬੜੀ ਔਖੀ ਹੈ ਤੇ ਉਹ ਔਖੀ ਬਣ ਜਾਏਗੀ ਜ਼ਿੰਦਗੀ ਬੜੀ ਸੌਖੀ ਹੈ ਬੜੀ ਸੌਖੀ ਬਣ ਜਾਏਗੀ ਜ਼ਿੰਦਗੀ ਬੜੀ ਸਧਾਰਨ ਹੈ ਨਿਰੰਤਰ ਹੈ ਉਹ ਉਸੇ ਤਰ੍ਹਾਂ ਦੀ ਬਣ ਜਾਏਗੀ ਇਹ ਤੁਹਾਡੀ ਆਪਣੀ ਸੋਚ ਹੈ ਜਿਸ ਤਰ੍ਹਾਂ ਦੀ ਸੋਚ ਬਣਾ ਲੋਗੇ ਜ਼ਿੰਦਗੀ ਉਦਾਂ ਦੀ ਬਣ ਜਾਏਗੀ ਤਾਂ ਸਮੇਂ-ਸਮੇਂ ਦੇ ਉੱਤੇ ਜ਼ਿੰਦਗੀ ਨੂੰ ਪਰਖਦੇ ਰਹਿਣਾ ਚਾਹੀਦਾ ਹੈ ਕੋਖਦੇ ਰਹਿਣਾ ਚਾਹੀਦਾ ਹੈ ਆਪਣੀ ਪਰਿਭਾਸ਼ਾ ਜ਼ਿੰਦਗੀ ਨੂੰ ਲੈ ਕੇ ਬਦਲਣੀ ਚਾਹੀਦੀ ਹੈ ਕਿਉਂਕਿ ਬਦਲਾਅ ਹੀ ਜੀਵਨ ਹੈ ਬਦਲਾਅ ਹੀ ਜ਼ਿੰਦਗੀ ਹੈ ਅਸੀਂ ਵੀ ਥੋੜਾ ਜਿਹਾ ਬਦਲਾਅ ਕੀਤਾ ਹੈ ਅੱਜ ਥੋੜਾ ਸਿਟਿੰਗ ਪੈਟਰਨ ਚੇਂਜ ਕੀਤਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਵੀ ਪਸੰਦ ਕਰੋਗੇ ਕਿਉਂਕਿ ਬਦਲਾਵ ਨੂੰ ਹਮੇਸ਼ਾ ਸਵੀਕਾਰ ਵੀ ਕਰਨਾ ਚਾਹੀਦਾ ਦੇ ਪਸੰਦ ਵੀ ਕਰਨਾ ਚਾਹੀਦਾ ਸੋ ਇਸੇ ਚੀਜ਼ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਜ਼ਿੰਦਗੀ ਦੀਆਂ ਕਈ ਪਰਤਾਂ ਨੂੰ ਖੋਲ੍ਹਾਂਗੇ ਕਿ ਅਸੀਂ ਕਈ ਵਾਰ ਜ਼ਿੰਦਗੀ ਨੂੰ ਇੰਨਾ ਉਲਝਾ ਲੈਂਦੇ ਆ ਤੇ ਉਹਨੂੰ ਸੌਖਿਆ ਕਰਨ ਲਈ ਅਸੀਂ ਕਈ ਵਾਰ ਉਹਨਾਂ ਰਹਾਾਂ ਤੇ ਤੁਰ ਪੈਂਦੇ ਆ ਜੋ ਵਿਗਿਆਨਿਕ ਨਹੀਂ ਹੁੰਦੇ ਜੋ ਵਿਗਿਆਨਿਕ ਸੋਚ ਨਹੀਂ ਹੁੰਦੀ ਜੋ ਵਹਿਮ ਹੁੰਦੇ ਨੇ ਸਾਡੇ ਪਰਮ ਹੁੰਦੇ ਨੇ ਅੱਜ ਅਸੀਂ ਵਹਿਮਾਂ ਪਰਮਾਂ ਦੇ ਉੱਤੇ ਵੀ ਗੱਲ ਕਰਨੀ ਆ ਅੱਜ ਅਸੀਂ ਤਰਕਸ਼ੀਲ ਜਾਗਰੂਕਤਾ ਦੇ ਗੱਲ ਕਰਾਂਗੇ ਕਿ ਕਿਦਾਂ ਹਰ ਚੀਜ਼ ਦੇ ਵਿੱਚ ਅਸੀਂ ਲੌਜੀਕ ਲੱਭਣਾ ਸੱਚਾਈ ਲੱਭਣੀ ਹੈ ਤੇ ਸਾਡਾ ਰਾਹ ਦਸੇਰਾ ਕਰਨਗੇ ਅੱਜ ਰਜਿੰਦਰ ਬਦੌੜ ਜੀ ਜੋ ਕਿ ਵਿਦਿਆਰਥੀ ਚੇਤਨਾ ਵਿਭਾਗ ਦੇ ਆਗੂ ਨੇ ਹੈਡ ਆਫ ਦਿ ਡਿਪਾਰਟਮੈਂਟ ਸਟੂਡੈਂਟ ਅਵੇਅਰਨੈਸ ਤਰਕਸ਼ੀਲ ਸੁਸਾਇਟੀ ਸੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੇ ਹਾਂ ਆਪਣੇ ਇਸ ਮਾਰਨਿੰਗ ਸ਼ੋ ਦੇ ਵਿੱਚ ਸਜਰੀ ਸਵੇਰ ਦਾ ਜੋ ਇੱਕ ਪਿਆਰਾ ਜਿਹਾ ਸੈਗਮੈਂਟ ਹੈ ਗੱਲਾਂ ਤੇ ਗੀਤ ਸ਼ੁਕਰੀਆ ਜੀ ਸਾਰਿਆਂ ਦਾ ਅਰਸ਼ ਕੰਮ ਸਾਡੇ ਨਾਲ ਜੁੜਿਆ ਤੇ ਤੁਹਾਡਾ ਵੀ ਪੂਰੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਸਮਾਂ ਕੱਢ ਕੇ ਸਾਡੇ ਦਰਸ਼ਨਾ ਦੇ ਰੂਬਰੂ ਹੋ ਰਹੇ ਹੋ ਸੋ ਜョਸੀ ਦੇਖਦੇ ਹਾਂ ਹਰ ਪਾਸੇ ਵਿਗਿਆਨ ਦਾ ਯੋਗ ਹੈ ਇਸ ਵਕਤ ਜੋ ਜਿਸ ਮਾਧਿਅਮ ਰਾਹੀਂ ਸਾਨੂੰ ਸਾਰੇ ਦਰਸ਼ਕ ਦੇਖ ਰਹੇ ਨੇ ਉਹ ਵੀ ਪੂਰਾ ਵਿਗਿਆਨਿਕ ਮਾਧਿਅਮ ਹੈ ਟੀਵੀ ਕੈਮਰਾਸ ਨੇ ਸੈਟਲਾਈਟ ਹੈ ਸਾਰੇ ਸਿਗਨਲਸ ਜਾ ਰਹੇ ਨੇ ਅਸੀਂ ਵਿਗਿਆਨ ਦੀਆਂ ਚੀਜ਼ਾਂ ਨੂੰ ਇਸਤੇਮਾਲ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਪਰ ਖੁਦ ਵਿਗਿਆਨਿਕ ਨਹੀਂ ਬਣਦੇ ਵਿਗਿਆਨਿਕ ਸੋਚ ਦੇ ਮਾਲਕ ਨਹੀਂ ਬਣਦੇ ਕਾਰਨ ਕੀ ਹੋ ਸਕਦਾ ਹੈ ਇਹ ਕਾਰਨ ਇੱਕ ਤਾਂ ਜੋ ਸਾਡਾ ਪੂਰੇ ਦਾ ਪੂਰਾ ਪਛੋਕੜੀ ਹੈ ਜਿਹਦੇ ਚੋਂ ਬਚਪਨ ਤੋਂ ਲੈ ਕੇ ਬੱਚੇ ਦੀ ਪਰਵਰਿਸ਼ ਹੁੰਦੀ ਹੈ ਜੀ ਜੀ ਉਹਦੇ ਚ ਜੋ ਪੁਰਾਣੇ ਅੰਧਵਿਸ਼ਵਾਸ ਵਹਿਮ ਭਰਮ ਚੱਲੀ ਆ ਰਹੇ ਆ ਭਾਵੇਂ ਵਿਗਿਆਨ ਦਾ ਜੋਗ ਆ ਗਿਆ ਪਰ ਉਹ ਉਵੇਂ ਹੀ ਦੇ ਉਵੇਂ ਸਮਾਜ ਬੱਚਿਆਂ ਨੂੰ ਪਰੋਸ ਰਿਹਾ ਹ ਹ ਜਿਸ ਤਰ੍ਹਾਂ ਕਿਸ ਨੂੰ ਐ ਕਹਿਣਾ ਹੋਵੇ ਵੀ ਆ ਦਿਨ ਚੰਗਾ ਹੁੰਦਾ ਆ ਦਿਨ ਮਾੜਾ ਹੁੰਦਾ ਆ ਬਿੱਲੀ ਰੌ ਕੱਟ ਗਈ ਜੀ ਆ ਹੋ ਗਿਆ ਜਿਹੜੀ ਇਹ ਗੱਲਾਂ ਉਹਦੇ ਮਨ ਚ ਪਾ ਦਿੱਤੀਆਂ ਜਾਂਦੀਆਂ ਹੁੰਦਾ ਇੰਨੀ ਕੀ ਇਹ ਗੱਲ ਕਿ ਕੋਈ ਕੰਮ ਹੋ ਗਿਆ ਉਦੋਂ ਪਹਿਲਾਂ ਕੁਝ ਵਾਪਰਿਆ ਅਸੀਂ ਨਹੀਂ ਗੇੜਨਦੇ ਪ੍ਰੋਟੀਨ ਚ ਲੰਘ ਜਾਂਦਾ ਕੰਮ ਨਹੀਂ ਹੋਇਆ ਫਿਰ ਅਸੀਂ ਉਸ ਕੰਮ ਨਾ ਹੋਣ ਦੇ ਕਾਰਨ ਲੱਭਣ ਦੀ ਥਾਂ ਕੋਈ ਨਾ ਕੋਈ ਇਹ ਸੋਚ ਲੈਨੇ ਕੋਈ ਮੱਥੇ ਲੱਗ ਗਿਆ ਹੋਣਾ ਕੋਈ ਆ ਹੋ ਗਿਆ ਹੋਣਾ ਛੱਕ ਵੱਜ ਗਈ ਹੋਣੀ ਐ ਇੱਕ ਤਾਂ ਕਾਰਨ ਇਹ ਪਿਆ ਹੂੰ ਦੂਸਰਾ ਜਿਹੜੀ ਸਾਡਾ ਐਜੂਕੇਸ਼ਨ ਸਿਸਟਮ ਹੈ ਪ੍ਰਬੰਧਾ ਸਾਡਾ ਪੂਰਾ ਸਿੱਖਿਆ ਦਾ ਹਾਂਜੀ ਇਹ ਸਾਨੂੰ ਨੌਕਰੀ ਲੈਣ ਦੇ ਕਾਬਿਲ ਤਾਂ ਬਣਾਉਂਦਾ ਹੈ ਜਾਏ ਕਹੋ ਜਲਦੀ ਨੌਕਰੀ ਲੈਣੀ ਹੋਵੇ ਤਾਂ ਫਿਰ ਬੱਚੇ ਨੂੰ ਸਾਇੰਸ ਪੜ੍ਹਾ ਦਿਓ ਮੈਡੀਕਲ ਪੜ੍ਹਾ ਦਿਓ ਇੰਜੀਨੀਅਰਿੰਗ ਕਰਵਾ ਦਿਓ ਹਾਂਜੀ ਪਰ ਉਹ ਸਾਡਾ ਜਿਹੜਾ ਨਜ਼ਰੀਆ ਹੈ ਉਹ ਵਿਗਿਆਨਕ ਨਹੀਂ ਬਣਾਉਂਦਾ ਸੋਚਦੇ ਸੀ ਉਵੇਂ ਹੀ ਹੈ ਜਿਹੜੀਆਂ ਗੱਲਾਂ ਪ੍ਰਾਤਨ ਸਮਾਜ ਚ ਸੋਚਦੇ ਅਸੀਂ ਵੜ ਜਾਂਦੇ ਆ ਕਿਉਂਕਿ ਜਦੋਂ ਸਿੱਖਿਆ ਦੇ ਰਾਹੀ ਅਸੀਂ ਇਹ ਕਿਸੇ ਗੱਲ ਦਾ ਸੱਚ ਚਰਣਾ ਹਾਂਜੀ ਕਿਵੇਂ ਸੱਚ ਜਾਣਣਾ ਹਾਲਾਂਕਿ ਵਿਗਿਆਨ ਦੇ ਵਿੱਚ ਆਉਂਦਾ ਕਿ ਦੇ ਸਿਧਾਂਤ ਆ ਉਹਦੀ ਪੜਤਾਲ ਕਰੋ ਦੇਖੋ ਦੇ ਕਾਰਨ ਲੱਭੋ ਫਿਰ ਉਹਦਾ ਸੋਲੂਸ਼ਨ ਲੱਭੋ ਹੱਲ ਕਰੋ ਬਹੁਤ ਕੁਝ ਆਉਂਦਾ ਪਰ ਉਹ ਜਦੋਂ ਅਸੀਂ ਬੱਚਿਆਂ ਨੂੰ ਨਹੀਂ ਮਿਲ ਰਿਹਾ ਉਹੀ ਅੱਗੇ ਜਾ ਕੇ ਵੱਡੇ ਹੁੰਦੇ ਆ ਜਾਂ ਐਂ ਕਹਿ ਲੋ ਵੀ ਹੁਣ ਤਾਂ ਪੜ੍ਹਾਈ ਦਾ ਮਕਸਦ ਜਿਵੇਂ ਨਰੋਲ ਇਹ ਬਣ ਗਿਆ ਕਿ ਬਸ ਉਹ ਪੜ੍ਹਾਈ ਕਰੋ ਉਹ ਉਸ ਤਰ੍ਹਾਂ ਦੀ ਸਿੱਖਿਆ ਲਓ ਜਿਹਦੇ ਨਾਲ ਤੁਸੀਂ ਬਹੁਤ ਛੇਤੀ ਕਮਾਉਣ ਲੱਗ ਜਾਓ ਜੀ ਵਿਗਿਆਨ ਕੀ ਹੈ ਵਿਗਿਆਨਕ ਸਹੂਲਤਾਂ ਸਾਨੂੰ ਕਿਵੇਂ ਮਿਲ ਰਹੀਆਂ ਨੇ ਇਹਨਾਂ ਦਾ ਫਾਇਦਾ ਠਾਕੇ ਕਿੰਨੇ ਸਾਡੇ ਕੰਮ ਸੌਖੇ ਹੋ ਗਏ ਇਹਨਾਂ ਗੱਲਾਂ 'ਤੇ ਕੋਈ ਧਿਆਨ ਨਹੀਂ ਜਾਂਦਾ ਜਿਹਦੇ ਕਰਕੇ ਕੀ ਹੁੰਦਾ ਕਿ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਨਹੀਂ ਹੁੰਦਾ ਉਹ ਉਹੀ ਪਰੰਪਰਾਗਤ ਰਹਿੰਦਾ ਹੈ ਤੁਸੀਂ ਪਹਿਲਾ ਨੁਕਤਾ ਤੇ ਦੱਸਿਆ ਕਿਉਂਕਿ ਤੁਸੀਂ ਖੁਦ ਵਿਦਿਆਰਥੀ ਚੇਤਨਾ ਵਿਭਾਗ ਦੇ ਮੁਖੀ ਹੋ ਆਗੂ ਤੁਸੀਂ ਇਹ ਦੱਸਦੇ ਪਿਓ ਕਿ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਇੱਕ ਖਾਮੀ ਹੈ ਕਿ ਅਸੀਂ ਪੈਸਾ ਕਮਾਉਣ ਵਾਲੀਆਂ ਮਸ਼ੀਨਾਂ ਪੈਦਾ ਕਰ ਰਹੇ ਹਾਂ ਵਿਦਿਆਰਥੀ ਪੈਦਾ ਨਹੀਂ ਕਰ ਰਹੇ ਇਸ ਕਰਕੇ ਵਿਗਿਆਨਿਕ ਸੋਚ ਨਹੀਂ ਡਿਵੈਲਪ ਹੋ ਰਹੀ ਉਹ ਪੈਸਾ ਕਮਾਣ ਦੀ ਦੌੜ ਸਾਨੂੰ ਵਹਿਮਾ ਭਰਮਾਂ ਦੇ ਵਿੱਚ ਲੈ ਕੇ ਜਾਂਦੀ ਹੈ ਬਿਲਕੁਲ ਉਸ ਸਾਨੂੰ ਸੱਚ ਜਨਣਾ ਨਹੀਂ ਮਤਲਬ ਸਿੱਖਣ ਦਾ ਮੌਕਾ ਨਹੀਂ ਮਿਲਦੀ ਜਾਂ ਸਿਖਾਉਂਦੇ ਕਿ ਸਾਡੇ ਸਲੇਵਜ਼ ਬਣੇ ਹੋਇਆ ਮੈਂ ਨਿੱਕੀ ਜੀ ਗੱਲ ਦੀ ਐਗਜ਼ਾਮਪਲ ਦੇਵਾਂਗਾ ਕਿ ਜਦੋਂ ਮੈਂ ਪੜਦਾ ਸੀ ਉਦੋਂ ਵੀ ਸਿੱਖਿਆ ਦੇ ਵਿੱਚ ਇੱਕ ਪਾਠ ਹੁੰਦਾ ਪੰਜਾਬੀ ਦੀ ਪੁਸਤਕ ਦੇ ਵਿੱਚ ਕਿ ਕੋਈ ਇੱਕ ਗਰੀਬ ਔਰਤ ਸੀਗੀ ਕੋਈ ਉਹਦੇ ਦਰ ਤੇ ਭੁਖਾਰੀ ਆਇਆ ਜਦੋਂ ਭੁਖਾਰੀ ਆਇਆ ਤਾਂ ਉਹਨੇ ਰੋਟੀ ਪਾਣੀ ਦੀ ਇੱਛਾ ਜ਼ਾਹਰ ਕੀਤੀ ਉਹਨੇ ਉਹਨੂੰ ਭੋਜਨ ਵਗੈਰਾ ਖਵਾਇਆ ਉਹ ਲੇਟ ਹੋਣ ਕਰਕੇ ਉੱਥੇ ਰਹਿ ਪਿਆ ਉਹ ਬਜ਼ੁਰਗ ਔਰਤ ਨੇ ਗਰੀਬ ਔਰਤ ਨੇ ਸੋਚਿਆ ਵੀ ਇਹਦੇ ਕੱਪੜੇ ਠੀਕ ਨਹੀਂ ਐ ਉਹਨੇ ਸੋਚਿਆ ਮੈਂ ਇਹਨੂੰ ਨਵੇਂ ਕੱਪੜੇ ਸਿਉਂਦਿਆਂ ਉਹਨੇ ਆਪਦੇ ਘਰੇ ਜੋ ਕੱਪੜਾ ਪਿਆ ਸੀ ਉਹ ਉਹਦਾ ਉਹਨੂੰ ਕੁੜਤਾ ਪਜਾਮਾ ਕਹਿੰਦੇ ਉਹ ਸਿਲਾਈ ਕਰਤਾ ਹਾਂਜੀ ਤਾਂ ਹੁੰਦਾ ਕੀ ਆ ਕਿ ਉਹ ਉਸ ਪਾਠ ਅਨੁਸਾਰ ਉਹ ਜਦੋਂ ਸਵੇਰੇ ਜਾਣ ਲੱਗਦਾ ਤਾਂ ਉਹ ਮਾਈ ਨੂੰ ਕਹਿੰਦੇ ਇੱਕ ਵਰ ਦੇ ਜਾਂਦਾ ਕਿ ਤੂੰ ਜਿਹੜਾ ਕੰਮ ਪਹਿਲਾਂ ਕਰਨ ਲੱਗੇਗੀ ਸਾਰਾ ਦਿਨ ਉਹੀ ਕਰਦੇ ਰਹੇਂਗੀ ਓਕੇ ਤੇ ਮਾਈ ਉਹ ਚਲਿਆ ਜਾਂਦਾ ਤੇ ਮਾਈ ਕੀ ਕਰਦੀ ਐ ਸੋਚਦੀ ਐ ਵੀ ਕਿੰਨਾ ਕੱਪੜਾ ਲੱਗ ਗਿਆ ਕਿੰਨਾ ਕ ਬੱਚਾ ਮੈਂ ਮੇਂਣਾ ਨਾ ਲਵਾ ਤੇ ਉਹ ਮਾਈ ਕਹਿੰਦੇ ਕੱਪੜਾ ਮੈਣ ਲੱਗੀ ਜਦੋਂ ਮੈਣ ਲੱਗੀ ਤਾਂ ਮਣੀ ਗਈ ਮਣੀ ਗਈ ਮਣੀ ਗਈ ਸ਼ਾਮ ਤੱਕ ਉਹਦਾ ਤਾਂ ਕੱਪੜੇ ਨਾ ਘਰ ਪਰ ਗਏ ਅੱਛਾ ਯਾਨੀ ਵੀ ਕੁਛ ਲੋਕ ਹੀ ਐ ਵਰ ਦੇ ਦਿੰਦੇ ਐ ਫਿਰ ਉਹ ਉਸੇ ਕਹਾਣੀ ਨੂੰ ਅੱਗੇ ਡਿਵੈਲਪ ਕੀਤਾ ਹੋਇਆ ਸੀ ਕਿ ਗਵਨਣ ਸੀ ਉਹਨੂੰ ਈਰਖਾ ਹੋ ਜੇ ਹੋ ਗਈ ਵੀ ਜੇ ਕੋਈ ਮੇਰੇ ਘਰ ਆ ਜੇ ਮੈਂ ਤਾਂ ਇਹਦੇ ਨਾਲੋਂ ਵੱਡੀ ਸੇਵਾ ਕਰਾਂ ਉਹਦੀ ਜੀ ਉਸੇ ਤਰ੍ਹਾਂ ਕਹਿੰਦੇ ਜੀ ਉਹਦੇ ਘਰੇ ਫੇਰ ਆ ਗਿਆ ਉਹ ਕੋਈ ਉਹੀ ਰੂਪ ਆ ਗਿਆ ਜਾਂ ਕਹਿ ਲਓ ਉਹਨੇ ਵੀ ਉਹਦੀ ਬਹੁਤ ਸੇਵਾ ਕੀਤੀ ਬਹੁਤ ਸੇਵਾ ਕੀਤੀ ਉਹੀ ਤਰ੍ਹਾਂ ਦੀ ਗੱਲ ਉਹ ਉਹਨੂੰ ਕਹਿ ਗਿਆ ਤੇ ਜਦੋਂ ਉਹ ਸਵੇਰੇ ਚੱਲਿਆ ਗਿਆ ਘਰੋਂ ਉਹਨੇ ਸੋਚਿਆ ਵੀ ਫੇਰ ਤਾਂ ਸਾਰਾ ਦਿਨ ਕੱਪੜਾ ਹੀ ਮਿਲਣੀ ਜਾਣਾ ਵੀ ਹੋਵੇ ਨਾ ਤਾਂ ਮੈਂ ਸੂਰ ਨੂੰ ਪਾਣੀ ਨਾ ਪਿਆਦਾ ਤੇ ਉਹ ਕਹਿੰਦੇ ਜੀ ਬਾਲਟੀ ਚੱਕੀ ਪਠੜ ਚੱਕਿਆ ਪਾਣੀ ਪਿਉਣ ਲੱਗੀ ਬਾਲਟੀ ਚ ਪਾਣੀ ਨਿਕਲਣਾ ਨਾ ਹਟੇ ਸਾਰਾ ਘਰ ਪਾਣੀ ਨਾਲ ਭਰ ਗਿਆ ਜਣੀ ਹੁਣ ਇਹ ਗੱਲਾਂ ਜਦੋਂ ਬਚਪਨ ਚ ਇਹ ਜਿਹੀਆਂ ਹੋਣਗੀਆਂ ਕੋਈ ਬਰ ਹੁੰਦਾ श्राਪ ਹੁੰਦਾ ਇਹ ਜਿਹੀਆਂ ਸ਼ਕਤੀਆਂ ਹੁੰਦਾ ਤਾਂ ਸਾਡੇ ਜਿਹੜੇ ਬੱਚੇ ਆ ਵੱਡੇ ਹੋ ਕੇ ਉਹ ਉਹੋ ਜਿਹੇ ਬਣਨਗੇ ਗੱਲ ਇਹ ਹੈ ਕਿ ਤੁਸੀਂ ਕਿਉਂਕਿ ਸਾਡੀਆਂ ਪਿਛੋਕੜ ਕਹਾਣੀਆਂ ਸਾਰੀਆਂ ਵਰਾ ਨਾਲ ਸ਼ਰਾਪਾ ਨਾਲ ਭਰੀਆਂ ਪਈਆਂ ਨੇ ਔਰ ਗ੍ਰੰਥਾਂ ਦੇ ਵਿੱਚ ਇਹ ਕਹਾਣੀਆਂ ਮਿਲਦੀਆਂ ਨੇ ਖੈਰ ਉਹ ਇੱਕ ਅਲੱਗ ਵਿਸ਼ਾ ਹੈ ਅਸੀਂ ਅੱਜ ਦੇ ਸਧਾਰਨ ਜੀਵਨ ਦੀ ਗੱਲ ਕਰਦੇ ਹਾਂ ਕਿਉਂਕਿ ਕਈ ਵਾਰ ਅਸੀਂ ਵੇਖਦੇ ਹਾਂ ਕਿਸੇ ਨੇ ਛੱਕ ਮਾਰ ਦਿੱਤੀ ਬਿੱਲੀ ਰਸਤਾ ਕੱਟ ਗਈ ਕੋਈ ਮੱਥੇ ਲੱਗ ਗਿਆ ਐਦਾਂ ਦੇ ਅਪਸ਼ਾਗੁਣ ਜਿਵੇਂ ਹੁਣ ਬੱਚਿਆਂ ਦੇ ਤੁਸੀਂ ਕਿਉਂਕਿ ਵਿਦਿਆਰਥੀ ਜੀਵਨ ਨਾਲ ਜੁੜੇ ਹੋਏ ਹੋ ਬੱਚੇ ਸੁਰੇ ਪੇਪਰ ਦੇ ਚੱਲੇ ਨੇ ਇਗਜ਼ਾਮ ਤੇ ਚੱਲੇ ਨੇ ਉਹਨੂੰ ਦਹੀਂ ਦੇ ਵਿੱਚ ਚੀਨੀ ਪਾ ਕੇ ਜਿ ਸ਼ੱਕਰ ਪਾ ਕੇ ਖਵਾ ਦਿਓ ਸੋ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੁੰਦਾ ਮੰਨ ਲਓ ਆਪਾਂ ਉੱਥੇ ਹੀ ਸ਼ੁਰੂ ਕਰਦੇ ਆਂ ਦਹੀਂ ਖਵਾ ਦਿੱਤੀ ਬੱਚੇ ਨੂੰ ਸਵੇਰੇ ਜੀ 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 ਕਿਉਂ ਖਵਾਈਏ ਦੇਖੋ ਦਹੀਂ ਖਵਾਈ ਉਹ ਵੀ ਮਿੱਠਾ ਪਾ ਕੇ ਖਵਾਈ ਮਿੱਠਾ ਇੱਕ ਖੁਸ਼ੀ ਦੀ ਆਪਾਂ ਕਹਿ ਸਕਦਾ ਇੱਕ ਸਿੰਬਲ ਹੈ ਨਿਸ਼ਾਨੀ ਹੈ ਜੀ ਹੁਣ ਜੇ ਕੋਈ ਇਹ ਸੋਚੇ ਅੱਜ ਦੇ ਜ਼ਮਾਨੇ 'ਚ ਜਾਂ ਪਹਿਲਾਂ ਵੀ ਵੀ ਬਾਕੀ ਸਾਰਾ ਸਾਲ ਤਾਂ ਬੱਚੇ ਨੂੰ ਦਹੀਂ ਨਹੀਂ ਮਿਲੇ ਖਾਣ ਨੂੰ ਕਿਉਂਕਿ ਜਦੋਂ ਤੁਸੀਂ ਪੜ੍ਹਾਈ ਕਰਨੀ ਆ ਦਿਮਾਗ ਨੇ ਕੰਮ ਕਰਨਾ ਉਹਨੂੰ ਸਾਰੀਆਂ ਚੀਜ਼ਾਂ ਨਾਲੋਂ ਵੱਧ એનર્ਜੀ ਦੀ ਲੋੜ ਆ ਹਾਂਜੀ ਜੇ ਸਾਰਾ ਸਾਲ ਤਾਂ ਮਿਲਿਆ ਨਹੀਂ ਤੇ ਅਸੀਂ ਇਹ ਕਹੀਏ ਕਿ ਉਸ ਨੂੰ ਦਹੀਂ ਤੇ ਉਹ ਵਿੱਚ ਚਮਚਾ ਖੰਡ ਦਾ ਪਾ ਕੇ ਸਿਰਫ ਪੇਪਰ ਵਾਲੇ ਦਿਨ ਠੀਕ ਆ ਜਦੋਂ ਸਮਾਜ 'ਚ ਇਹ ਗੱਲ ਚੱਲਦੀ ਆ ਪਰੰਪਰਾ ਬਣ ਜਾਂਦੀ ਆ ਤਾਂ ਮਾਂ-ਮਾਂ ਖੁਸ਼ ਹੁੰਦੀ ਆ ਕਿ ਸਾਡੇ ਬੱਚੇ ਦਾ ਪੇਪਰ ਵੀ ਵਧੀਆ ਹੋਵੇ ਉਹ ਫਿਰ ਜਿਵੇਂ ਆਇਆ ਕਹ ਲੋ ਵੀ ਉਹ ਹੌਲੀ-ਹੌਲੀ ਇਹ ਧਾਰਨਾ ਬਣ ਜਾਂਦੀ ਹੈ ਤੇ ਅੱਗੇ ਦੀ ਅੱਗੇ ਫਿਰ ਇਹ ਚੱਲੀ ਜਾਂਦਾ ਪਰ ਇਸ ਗੱਲ ਦਾ ਉਹਦੇ ਪੇਪਰ ਦੇ ਵਧੀਆ ਹੋਣ ਨਾਲ ਜਾਂ ਉਹ ਇਸ ਤਰ੍ਹਾਂ ਦਾ ਤਾਲੁਕ ਕੋਈ ਨਹੀਂ ਹੁੰਦਾ ਪਰ ਅਸੀਂ ਫਰੋਲਦੇ ਨਹੀਂ ਕਿਉਂਕਿ ਹੁੰਦਾ ਹੈ ਹੈਵੀ ਬੱਚੇ ਖਾ ਕੇ ਗਏ ਆ ਉਹਨਾਂ ਨੇ ਪੇਪਰ ਖਾਲ ਕੀਤਾ ਪੇਪਰ ਹੁਣ ਤਾਂ ਜੇ ਕਹਿਣਾ ਹੋਵੇ ਸਾਰੇ ਪਾਸ ਹੀ ਹੁੰਦੇ ਆ ਚਾਹੇ ਕੋਈ ਦਹੀਂ ਖਾ ਕੇ ਠੰਡਾ ਖਾ ਕੇ ਜਾਵੇ ਚਾਹੇ ਨਾ ਜਾਵੇ ਵੈਸੇ ਕਿਹਾ ਜਾਂਦਾ ਹੈ ਕਿ ਇਹਦੇ ਨਾਲ ਫਰੈਸ਼ ਹੋ ਜਾਂਦਾ ਹੈ ਮੂਡ ਹਾਂ ਤੇ ਮੇਰੇ ਵਧੀਆ ਹੋ ਜਾਂਦੀ ਹੈ ਮਿੱਠਾ ਇੱਕ ਖੁਸ਼ੀ ਦਾ ਮੂਡ ਬਣਾਉਂਦਾ ਨਾਲੇ ਦਹੀਂ ਚ ਪ੍ਰੋਟੀਨ ਹੈ ਉਹਦੇ ਨਾਲ ਦਿਮਾਗ ਜ਼ਿਆਦਾ ਐਕਟੀਵੇਟ ਹੋ ਜਾਂਦਾ ਚਲੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸੀ ਵੀ ਇੱਕ ਦਿਨ ਖਾਣ ਨਾਲ ਨਹੀਂ ਸਗੋ ਅਸੀਂ ਤਾਂ ਇਹ ਚਾਹੁੰਦੇ ਆ ਸਾਰੇ ਬੱਚਿਆਂ ਨੂੰ ਹਰ ਰੋਜ਼ ਹੈਲਦੀ ਫੂਡ ਮਿਲੇ ਕਿਉਂਕਿ ਬ੍ਰੇਨ ਨੂੰ ਬਹੁਤ એનર્ਜੀ ਦੀ ਲੋੜ ਹੁੰਦੀ ਆ ਸਿੱਖਣ ਵਾਸਤੇ ਤੁਹਾਡੀ ਇਹ ਜ਼ਰੂਰ ਜਿਹੜੀ ਮਨਸ਼ਾ ਪੂਰੀ ਹੋਵੇ ਭਾਰਤ ਦੇ ਵਿੱਚ ਸਭ ਨੂੰ ਵਧੀਆ ਖਾਣਾ ਮਿਲੇ ਪੂਰਾ ਨਿਊਟ੍ਰੀਸ਼ਨਸ ਮਿਲਣ ਸਭ ਨੂੰ ਅਸੀਂ ਅੱਗੇ ਵਧਦੇ ਆ ਹੁਣ ਜਿੱਦਾਂ ਕਈ ਵਾਰ ਅਸੀਂ ਦੇਖਦੇ ਹਾਂ ਖੈਰ ਮੇਰੇ ਨਾਲ ਵੀ ਇੱਕ ਵਾਰੀ ਹੋਇਆ ਕਿ ਮੈਂ ਸਟੇਸ਼ਨ ਤੇ ਇੱਕ ਭਾਈ ਸਾਹਿਬ ਨੂੰ ਦੇਖਿਆ ਛੇਕ ਕਿਸੇ ਨੇ ਮਾਰ ਦਿੱਤੇ ਉਹਨਾਂ ਨੇ ਟ੍ਰੇਨ ਮਿਸ ਕਰ ਦਿੱਤੀ ਜੀ ਬੂਟ ਲਾਏ ਜੁਰਾਬਾਂ ਲਾਈਆਂ ਝਾੜੀਆਂ ਫੇਰ ਦੁਬਾਰਾ ਪਾਈ ਉਹ ਤੱਕ ਗੱਡੀ ਰਫ਼ਤਾਰ ਫੜ ਚੁੱਕੀ ਸੀ ਉਹ ਗੱਡੀ ਮਿਸ ਹੋ ਗਈ ਜੀ ਹੁਣ ਸਾਰਿਆਂ ਨੇ ਕਿਹਾ ਕਿ ਤੁਸੀਂ ਇਹ ਕੀ ਕਰਦੇ ਪਏ ਹੋ ਕਹਿੰਦੇ ਨਹੀਂ ਛੇਕ ਮਾਰੀ ਦੇ ਉੱਤੇ ਨਾ ਸਾਨੂੰ ਇਹ ਕਰਨਾ ਚਾਹੀਦਾ ਨਹੀਂ ਦਾ ਕੋਈ ਕੋ ਦੁਰਘਟਨਾ ਵਾਪਰ ਜਾਂਦੀ ਹੈ ਇਹ ਗੱਲਾਂ ਦਾ ਕੋਈ ਮਤਲਬ ਬਣਦਾ ਹੈ ਮਤਲਬ ਇਹ ਆ ਕਿ ਸਾਡੇ ਸਮਾਜ ਦੇ ਅੰਦਰ ਸਫਲਤਾ ਨੂੰ ਵੀ ਅਸਫਲਤਾ ਨੂੰ ਕਿਸੇ ਦੂਜੀ ਗੱਲ ਨਾਲ ਜੋੜ ਲੈਂਦੇ ਆ ਉਹਦੇ ਅਸਲ ਕਾਰਨਾਂ ਵੱਲ ਨਹੀਂ ਜਾਂਦੇ ਹੁਣ ਕਿਸੇ ਦੇ ਤੁਰਨ ਵੇਲੇ ਛੱਕ ਵਜੀ ਜਿਹੜੇ ਕੰਮ ਨੂੰ ਉਹ ਗਿਆ ਸੀ ਜੇ ਤਾਂ ਹੋ ਗਿਆ ਫਿਰ ਭੁੱਲ ਜਾਂਦੇ ਆ ਅਸੀਂ ਹੂੰ ਜੇ ਨਹੀਂ ਹੋਇਆ ਉਹ ਕੰਮ ਨਾ ਹੋਣ ਦੇ ਅਸੀਂ ਕਾਰਨ ਨਹੀਂ ਲੱਭਦੇ ਨੰਬਰ 1 ਜੀ ਜੀ ਨੰਬਰ 2 ਜੇ ਅਸੀਂ ਸਹੀ ਵਿਗਿਆਨਕ ਸੋਚ ਦੇ ਧਾਰ ਨਹੀਂ ਹੈਗੇ ਫਿਰ ਅਸੀਂ ਇਹ ਸੋਚਾਂਗੇ ਕਿ ਛੱਕ ਆਈ ਕਿਉਂ ਜਿੱਚਾ ਆਉਂਦੇ ਕਿਉਂ ਆ ਇਨ ਜਨਰਲ ਜੀ ਜੀ ਹੁਣ ਜਦੋਂ ਵੀ ਸਾਡੀ ਜਿਹੜੀ ਸਾਹ ਪ੍ਰਣਾਲੀ ਹੈ ਜੀ ਨੱਕ ਤੋਂ ਲੈ ਕੇ ਫੇਫੜਿਆਂ ਤੱਕ ਦਾ ਸਿਸਟਮ ਹੈ ਜੀ ਜੀ ਹੁਣ ਇਹਦੇ ਅੰਦਰ ਕੋਈ ਬਦਬੂਦਾਰ ਗੈਸ ਜਾਂ ਕੋਈ ਡਸਟ ਪਾਰਟੀਕਲ ਧੂੜ ਦਾ ਕਣ ਕਹਿ ਲੋ ਅੰਦਰ ਜਾਂਦਾ ਤਾਂ ਸਾਡੇ ਫੇਫੜੇ ਅੰਦਰੋਂ ਇਕੱਠੀ ਹਵਾ ਬਹੁਤ ਸਪੀਡ ਨਾਲ ਮਾਰ ਦਿਆ ਤਾਂ ਕਿ ਇਹਦੇ ਚ ਜੋ ਕੁਝ ਵੀ ਗਿਆ ਹੋਵੇ ਉਹ ਬਾਹਰ ਨਿਕਲ ਜੇ ਹੈ ਤਾਂ ਉਹ ਸਾਡੀ ਤੰਦਰੁਸਤੀ ਲਈ ਪਰ ਜੇ ਕਿਸੇ ਦਾ ਇੱਕ ਅੱਧੇ ਦਾ ਕੰਮ ਛੱਕ ਵੱਜਣ ਕਰਕੇ ਉਸਦੇ ਨਹੀਂ ਸੀ ਹੋਇਆ ਹੂੰ ਹੂੰ 6 ਵਜਣ ਕਰ ਰਹੀ ਨਹੀਂ ਉਹ ਕੰਮ ਤੇ ਜਾਣ ਵੇਲੇ 6 ਵਜੇ ਕੰਮ ਨਹੀਂ ਸੀ ਹੋਇਆ ਉਹਨੇ ਉਹ ਆਪਦੇ ਵਾਲੀ ਗੱਲ ਨੂੰ ਉਸ ਨਾਲ ਜੋੜ ਲਿਆ ਉਦਾਹਰਨ ਦੇ ਤੌਰ ਤੇ ਕੋਈ ਬੰਦਾ ਤਹਿਸੀਲ ਚ ਗਿਆ ਕੰਮ ਕਰਾਉਣ 6 ਵਜ ਗਈ ਕੰਮ ਵੀ ਨਹੀਂ ਹੋਇਆ ਤਹਿਸੀਲਦਾਰ ਮਿਲਿਆ ਹੀ ਨਹੀਂ ਹੁਣ ਚਾਹੀਦਾ ਤਾਂ ਇਹ ਆ ਕਿ ਉਹ ਰੀਡਰ ਨੂੰ ਸਟੇ ਉਹਨਾਂ ਨੂੰ ਪੁੱਛ ਕੇ ਆਵੇ ਵੀ ਤਹਿਸੀਲਦਾਰ ਸਾਹਿਬ ਕੱਲ ਨੂੰ ਆਉਣਗੇ ਮੈਂ ਆਵਾਂ ਤਾਂ ਕੰਮ ਹੋ ਜੇ ਹਾਂਜੀ ਇੱਕ ਦੂਜਾ ਪਾਸੇ ਕੀ ਹੋ ਉਹ ਆ ਘਰ ਆ ਕੇ ਘਰ ਦੇ ਪਰਿਵਾਰ ਨੂੰ ਘੂਰ ਵੀ ਸਕਦਾ ਵੀ ਭਾਈ ਅੱਜ ਨਾ 6 ਮਾਰਿਓ ਕੱਲ ਮੈਂ ਫਿਰ ਮੁੜਿਆ ਮੇਰਾ ਢੇੜਾ ਐਵੇਂ ਗਿਆ ਅੱਜ ਨਾ ਕੋਈ ਸ਼ੱਕ ਮਾਰਿਓ ਅੱਜ ਨਾ ਮੈਨੂੰ ਮੰਗਰੋ ਆਵਾਜ਼ ਮਾਰਿਓ ਫਿਰ ਉਹ ਇਹੋ ਜਿਹੀਆਂ ਗੱਲਾਂ 'ਚ ਇਹੀ ਗੱਲ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਸੋਚਣ ਦਾ ਨਜ਼ਰੀਆ ਜਦੋਂ ਵਿਗਿਆਨਕ ਨਹੀਂ ਹੁੰਦਾ ਸੀ ਬਹੁਤ ਸਾਰਾ ਸਮਾਂ ਬਹੁਤ ਸਾਰਾ ਪੈਸਾ ਅਜਿਹੀਆਂ ਗੱਲਾਂ ਤੇ ਬਰਬਾਦ ਕਰ ਦਿੰਨੇ ਆ ਮਤਲਬ ਪਿੱਛੋ ਆਵਾਜ਼ ਨਾ ਮਾਰੋ ਸ਼ੱਕ ਨਾ ਮਾਰੋ ਬਿੱਲੀ ਰਾਹ ਕੱਟ ਗਈ ਰਾਤੀ ਕੁੱਤਾ ਕਿਉਂ ਰੋਂਦਾ ਪਿਆ ਕੈਂਚੀ ਨਾ ਖੜਕਾਓ ਹੈ ਨਾ ਬਿਲਕੁਲ ਤਮਾਮ ਤਰ੍ਹਾਂ ਦੀ ਅਸੀਂ ਗੱਲਾਂ ਲੈ ਕੇ ਚੱਲਦੇ ਆ ਤੁਹਾਡੇ ਮੁਤਾਬਕ ਇਹ ਸਾਰੇ ਵਹਿਮ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਇਹਨਾਂ ਵਿੱਚ ਕੋਈ ਲੌਜੀਕ ਨਹੀਂ ਹੈ ਜਾਨੀ ਉਹੀ ਇੱਕ ਜਿਹੜੀ ਸਾਡੀ ਪੁਰਾਣੀ ਧਾਰਨਾ ਹੈ ਵੀ ਕਿਸੇ ਕੰਮ ਦੇ ਹੋਣ ਨਾ ਹੋਣ ਨੂੰ ਕਿਸੇ ਦੂਜੀ ਗੱਲ ਨਾਲ ਜੋੜ ਲੈਣਾ ਹੀ ਇਹਨਾਂ ਦਾ ਸਾਰੀਆਂ ਗੱਲਾਂ ਦਾ ਪਿਛੋਕੜ ਹੈ ਤੇ ਵਿਗਿਆਨਿਕ ਸੋਚ ਤਾਂ ਨਹੀਂ ਡਿਵੈਲਪ ਹੋ ਰਹੀ ਕਿਉਂਕਿ ਸਾਡੀ ਪੜ੍ਹਾਈ ਲਿਖਾਈ ਦੇ ਵਿੱਚ ਵਿਗਿਆਨਿਕ ਸੋਚ ਨੂੰ ਡਿਵੈਲਪ ਨਹੀਂ ਕੀਤਾ ਜਾ ਰਿਹਾ ਤੁਸੀਂ ਇਹ ਕਹਿਣਾ ਚਾਹੋਗੇ ਨਹੀਂ ਅਸਲ ਦੇ ਵਿੱਚ ਕਿ ਸੱਚ ਕੀ ਹੈ ਸਾਨੂੰ ਇਸ ਪਾਸੇ ਵਾਸਤੇ ਸਿੱਖਿਆ ਦੇ ਵਿੱਚ ਕੋਈ ਇਹੋ ਜਿਹਾ ਪਾਠ ਨਹੀਂ ਆਉਂਦਾ ਕਿ ਜਿਹੜਾ ਇਸ ਗੱਲ ਨੂੰ ਸਖਾਵੇ ਕਿ ਇਹ ਕੀ ਹੁੰਦਾ ਮਸਲਨ ਸਾਇੰਸ ਪੜਦੇ ਆ ਮੈਂ ਵੇਖਿਆ ਸਾਇੰਸ ਪੜਦਿਆਂ ਪੜਦਿਆ ਮੈਨੂੰ ਯਾਦ ਆ ਬੜੇ ਅੱਛੇ ਮੇਰੇ ਸਾਇੰਸ ਅਧਿਆਪਕ ਸੀ ਉਹਨਾਂ ਨੇ ਬਹੁਤ ਪ੍ਰੈਕਟੀਕਲ ਕਰਵਾਏ ਲੈਬ ਦੇ ਵਿੱਚ ਔਰ ਮੈਨੂੰ ਇਹ ਵੀ ਯਾਦ ਆ ਕਿ ਇੱਕ ਵਾਰੀ ਇੱਕ ਮਜ਼ਾਰੀ ਖੇਡਾ ਪਾ ਰਿਹਾ ਸੀਗਾ ਉਹਨੇ ਹੱਡੀਆਂ ਰੱਖੀਆਂ ਤੇ ਉਹਦੇ ਤੇ ਪਾਣੀ ਦਾ ਛਿੱਟਾ ਮਾਰਿਆ ਹੱਡੀਆਂ ਨੂੰ ਅੱਗ ਲੱਗੀ ਅੱਛਾ ਜੀ ਹੁਣ ਸਾਰੇ ਲੋਕੀ ਹੈਰਾਨ ਸੀ ਪਰ ਮੈਂ ਨਹੀਂ ਸੀ ਹੈਰਾਨ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਕਿਹੜੀ ਚੀਜ਼ ਆ ਜਿਹੜੀ ਦੇ ਉੱਤੇ ਜੇ ਪਾਣੀ ਪਾ ਦਈਏ ਤਾਂ ਹੱਡੀਆਂ ਨੂੰ ਅੱਗ ਹੱਡੀਆਂ ਨੂੰ ਅੱਗ ਨਹੀਂ ਲੱਗਦੀ ਉਸ ਚੀਜ਼ ਨੂੰ ਅੱਗ ਲੱਗ ਜਾਂਦੀ ਹੈ ਕੀ ਚੀਜ਼ ਸੀ ਹਾਂ ਉਹ ਸੋਡੀਅਮ ਮੈਟਲ ਉਹਨੇ ਸੋਡੀਅਮ ਮੈਟਲ ਦੇ ਕੁਝ ਟੁਕੜੇ ਹੱਡੀਆਂ ਚ ਲਪਕੋ ਕੇ ਰੱਖੇ ਹੋਇਆ ਹਮ ਹੁਣ ਜਿਨ੍ਹਾਂ ਦਾ ਵਿਗਿਆਨਿਕ ਨਜ਼ਰੀਆ ਨਹੀਂ ਹੈ ਉਹ ਤਾਂ ਇਹ ਸੋਚਣਗੇ ਕਿ ਇਹ ਜਾਦੂਗਰ ਇਹ ਬਹੁਤ ਕਰਾਮਾਤੀ ਹੈ ਇਹਦੇ ਕੋਲੇ दैਵੀ ਸ਼ਕਤੀਆਂ ਇਹਦੇ ਕੋਲੇ ਗੈਬੀ ਸ਼ਕਤੀਆਂ ਲੋਕ ਤਾਂ ਜਦੋਂ ਪਾਣੀ ਪਾਉਂਦੇ ਅੱਗ ਤੇ ਬੁਝ ਜਾਂਦੀ ਹੈ ਇਹ ਪਾਣੀ ਪਾ ਕੇ ਅੱਗ ਲਾ ਦਿੰਦਾ ਇੱਥੇ ਪਿਆ ਸਾਰਾ ਕੁਝ ਗੱਲ ਇਹ ਹੈ ਕਿ ਇਹ ਵਹਿਮਾਂ ਭਰਮਾਂ ਤੋਂ ਸਾਨੂੰ ਵਿਗਿਆਨ ਬਾਹਰ ਕੱਢ ਸਕਦਾ ਹੈ ਜੇ ਸਾਡੀ ਵਿਗਿਆਨਿਕ ਸੋਚ ਹੋ ਜਾਏ ਜੀ ਤੇ ਉਹ ਸਾਡੀ ਸੋਚ ਸਾਨੂੰ ਰਾਹ ਦਿਖਾ ਸਕਦੀ ਹੈ ਇਸ ਕਰਕੇ ਅਧਿਆਪਕ ਸਹਿਬਾਨ ਦਾ ਇਹ ਕੰਮ ਹੋਣਾ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਵਿਗਿਆਨਿਕ ਸੋਚ ਨਾਲ ਜੋੜਨ ਤਾਂ ਕਿ ਵਹਿਮਾ ਪਰਮਾ ਤੋਂ ਸਮਾਜ ਨੂੰ ਕੱਢਿਆ ਜਾਵੇ ਜਿਹੜਾ ਸਦੀਆਂ ਤੋਂ ਵਹਿਮਾ ਪਰਮਾ ਦੇ ਵਿੱਚ ਫਸਿਆ ਹੋਇਆ ਜਣੀ ਮੈਂ ਕਹਿਣਾ ਇਹ ਚਾਹੁੰਦਾ ਕਿ ਅਸਲ ਚ ਸਲੇਵਸ ਦੇ ਵਿੱਚ ਹੀ ਇੱਕ ਵਿਸ਼ਾ ਇਹ ਹੋਣਾ ਚਾਹੀਦਾ ਜੀ ਤਾਂ ਕਿ ਅਸੀਂ ਬੱਚਿਆਂ ਦੇ ਵਿੱਚ ਪਰਖਿਆ ਲੈਨੇ ਆ ਕਿਤਾਬਾਂ ਦਿੰਨੇ ਆ ਬੱਚੇ ਸਤੋਂ ਡਿਮਾਂਡ ਕਰਦੇ ਕਿ ਸਾਡਾ ਰੈਗੂਲਰ ਪੀਡ ਲਗੇ ਉਹ ਵਿਸ਼ਾ ਹੋਵੇ ਕਿਉਂਕਿ ਗੱਲਾਂ ਬਹੁਤ ਨੇ ਪੁਰਾਣੇ ਇਸ ਜਮਾਨੇ ਤੋਂ ਲੈ ਕੇ ਹੁਣ ਤੱਕ ਇੰਨੀਆਂ ਜ਼ਿਆਦਾ ਆ ਗਈਆਂ ਕੋਈ ਇਹੋ ਜਿਹਾ ਸਾਡਾ ਕਿਰਿਆ ਕਰਮ ਨਹੀਂ ਜਿੰਦਗੀ ਦਾ ਜਿਹਦੇ ਨਾਲ ਕੋਈ ਅੰਧਵਿਸ਼ਵਾਸ ਵਹਿ ਪਰਮ ਨਹੀਂ ਜੁੜਿਆ ਹੋਇਆ ਤੇ ਉਹਦੇ ਲਈ ਤਾਂ ਪੂਰਾ ਚੈਪਟਰ ਚਾਹੀਦਾ ਹੈ ਬਿਲਕੁਲ ਚੈਪਟਰ ਚਾਹੀਦਾ ਕਿਉਂਕਿ ਕਈ ਵਾਰ ਅਸੀਂ ਦਿਨਾਂ ਵਿੱਚ ਵੀ ਜ਼ਿੰਦਗੀ ਨੂੰ ਵੰਡਦੇ ਆ ਇਸ ਦਿਨ ਵਾਲ ਨਹੀਂ ਕਟਵਾਉਣੇ ਇਸ ਦਿਨ ਸਿਰ ਨਹੀਂ ਧੋਣਾ ਇਸ ਦਿਨ ਕੱਪੜੇ ਨਹੀਂ ਧੋਣੇ ਇਸ ਦਿਨ ਕਿਤੇ ਬਾਹਰ ਨਹੀਂ ਜਾਣਾ ਕਿਤੇ ਵਪਾਰ ਕਰਨ ਨਹੀਂ ਜਾਣਾ ਫਿਰ ਉਹ ਕੋਈ ਦਿਨ ਲੱਭੋ ਜਿਸ ਦਿਨ ਅਸੀਂ ਵਪਾਰ ਕਰਨ ਜਾਣਾ ਹੈ ਮਤਲਬ ਪਰਮਾਤਮਾ ਦੇ ਬਣਾਏ ਹੋਏ ਹਰ ਦਿਨ ਨੂੰ ਅਸੀਂ ਸ਼ੁਭ ਕਿਉਂ ਨਹੀਂ ਮੰਨਦੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਕੁਦਰਤ ਨੇ ਹਰ ਦਿਨ ਬਣਾਇਆ ਹਰ ਕੜੀ ਹਰ ਪਲ ਸ਼ੁਭ ਹੈ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਬਿਲਕੁਲ ਜਿਵੇਂ ਹੁਣ ਚੱਲਦਾ ਬਹਿਮ ਕੀ ਚੱਲਦਾ ਔਰਤਾਂ ਖਾਸ ਕਰਕੇ ਕਿ ਮੰਗਲਵਾਰ ਵਾਲੇ ਦਿਨ ਸਿਰ ਨਹੀਂ ਧੋਂਦੀਆਂ ਹਾਂਜੀ ਹੁਣ ਜੇ ਸਰਦੀਆਂ ਦੇ ਦਿਨਾਂ ਚ ਮੰਗਲਵਾਰ ਵਾਲੇ ਦਿਨ ਕਿਸੇ ਔਰਤ ਨੇ ਸਿਰ ਧੋਤਾ ਉਹਨੂੰ ਠੰਡ ਲੱਗ ਗਈ ਫਿਰ ਹੁਣ ਕਸੂਰ ਮੰਗਲਵਾਰ ਦਾ ਥੋੜੀ ਹੈ ਹੁਣ ਅਸੀਂ ਇਹ ਨਹੀਂ ਸੋਚਦੇ ਅਸੀਂ ਤਾਂ ਇਹ ਕਿਉਂਕਿ ਮੰਗਲਵਾਰ ਨੂੰ ਨਾਤੀ ਸੀ ਉਸ ਕਰਕੇ ਇਹ ਬਿਮਾਰ ਹੋਈ ਹੈ ਮੰਗਲਵਾਰ ਨਹੀਂ ਸਿਰ ਚ ਪਾਣੀ ਪਾਉਣਾ ਉਹ ਇੱਕ ਵਹਿਮ ਬਣ ਗਿਆ ਹਾਂ ਉਹਨੂੰ ਅੱਗੇ ਦੀ ਅੱਗੇ ਫਿਰ ਆਪਾਂ ਮਲਟੀਪਲਾਈ ਹੁੰਦਾ ਰਹਿੰਦਾ ਗੋਹਾਂ ਦੀ ਗੋਹਾਂ ਦੱਸਦੇ ਰਹਿੰਦੇ ਆ ਜੀ ਤੇ ਸਾਡੇ ਦਰਸ਼ਕ ਇਹ ਜਾਨਣਾ ਚਾਹਣਗੇ ਕਿ ਕਾਫੀ ਦੇਰ ਹੋ ਗਈ ਹੈ ਇਹ ਚੀਜ਼ ਨਾ ਸਾਡੇ ਕੋਲ ਪਈਆਂ ਨੇ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ ਕਿਤੇ ਕਿ ਸਾਨੂੰ ਕਿਤੇ ਇਹ ਵੀ ਤਾਂ ਵਹਿਮ ਨਹੀਂ ਹੋ ਗਿਆ ਕਿ ਇਹ ਕੋਲ ਰੱਖਾਂਗੇ ਤੇ ਪ੍ਰੋਗਰਾਮ ਸਹੀ ਹੋਏਗਾ ਅਸੀਂ ਪਹਿਲੇ ਇੱਥੋਂ ਸ਼ੁਰੂ ਕਰਦੇ ਹਾਂ ਜੀ ਇਹ ਪਾਣੀ ਦੀ ਬੋਤਲ ਤੇ ਨਾਲ ਤੁਸੀਂ ਕੱਪ ਰੱਖਿਆ ਹੋਇਆ ਹੈ ਇਹ ਵੀ ਸੈਂਟੀਫਿਕ ਅਵੇਅਰਨੈਸ ਲਈ ਹੋਈ ਹੈਗਾ ਸੀ ਕਿ ਤੰਤਰਕ ਤੰਤਰਕ ਲੋਕ ਆ ਜਿਹੜੇ ਉਹ ਲੋਕਾਂ ਨੂੰ ਕਿਵੇਂ ਆਪਣੇ ਜਾਲ ਚ ਫਸਾ ਲੈਂਦੇ ਆ ਅੱਛਾ ਜੀ ਹੁਣ ਕਿਸੇ ਘਰ ਚ ਬਿਮਾਰੀ ਠਮਾਰੀ ਹੋਈ ਹਾਂਜੀ ਕੋਈ ਬੰਦ ਨੂੰ ਬੁਖਾਰ ਹੋਇਆ ਇੱਕ ਨੂੰ ਹੋਇਆ ਉਹ ਠੀਕ ਹੋ ਗਿਆ ਦੂਜਾ ਹੋ ਗਿਆ ਤੇ ਸਾਡੇ ਨੂੰ ਕੀ ਕੀ ਸੋਚਣ ਲੱਗ ਜਾਂਦੇ ਆ ਬੀ ਅਸਲ 'ਚ ਇਹੇ ਬਿਮਾਰੀ ਹੈ ਜਿਹੜੀ ਇਹ ਕੋਈ ਬਿਮਾਰੀ ਵਾਲੀ ਗੱਲ ਨਹੀਂ ਇਹ ਤਾਂ ਕੋਈ ਉਪਰੀ ਗੱਲ ਹੈ ਜਾਦੂ ਟੋਨਾ ਹੋ ਗਿਆ ਦਵਾਈ ਵੀ ਆਪਾਂ ਦਿਵਾ ਲਈ ਇੱਕ ਠੀਕ ਹੁੰਦਾ ਦੂਜਾ ਡਿੱਗ ਪੈਂਦਾ ਹਾਂਜੀ ਉਹ ਫਿਰ ਤੰਤਰਕਾਂ ਕੋਲ ਜਾਂਦੇ ਆ ਤੰਤਰਕ ਫਿਰ ਕੀ ਕਰਦੇ ਆ ਉਹ ਕਹਿੰਦੇ ਨਹੀਂ ਨਹੀਂ ਤੁਸੀਂ ਤਾਂ ਐਵੇਂ ਡਾਕਟਰਾਂ ਦਾ ਘਰ ਭਰੀ ਜਾਂਦੇ ਆ ਤੁਹਾਨੂੰ ਤਾਂ ਕਿਸੇ ਆਂਢੀ ਗੁਆਂਢੀ ਨੇ ਤੁਹਾਡਾ ਜਿਹੜਾ ਕੋਈ ਬੁਰਾ ਸੋਚਦਾ ਉਹਨੇ ਤੁਹਾਨੂੰ ਤਾਂ ਕੁਝ ਕਰਾਤਾ ਤੁਹਾਨੂੰ ਤਵੀਤ ਖਵਾਤੇ ਤੁਹਾਨੂੰ ਮਸਾਣ ਖਵਾਤੇ ਜਾਦੂ ਟੋਨਾ ਹੋ ਗਿਆ ਅੱਛਾ ਯਾਨੀ ਅਗਲਾ ਤਾਂ ਬਿਮਾਰ ਆ ਡਰਿਆ ਵੀ ਹੋਇਆ ਜਦੋਂ ਉਹ ਨੂੰ ਕਹਿੰਦਾ ਵੀ ਭਾਈ ਤੁਹਾਨੂੰ ਕੁਝ ਖਵਾਇਆ ਪਿਆਇਆ ਫਿਰ ਅਗਲਾ ਕਹੂਗਾ ਵੀ ਫਿਰ ਜੀ ਮੇਰਾ ਇਲਾਜ ਕਰ ਦਿਓ ਉਪਾਅ ਕਰ ਦਿਓ ਫਿਰ ਇਹ ਉਪਾਅ ਕਰਨ ਦਾ ਤਰੀਕਾ ਕੀ ਕਰਦੇ ਕੋਮਨ ਤਰੀਕਾ ਮੈਂ ਏਸੀ ਕਰਕੇ ਇਸ ਸਮਾਰ ਅੱਜ ਲੈ ਕੇ ਆਇਆ ਉਹ ਫਿਰ ਕੀ ਪਤਾ ਹੀ ਕਹਿਣਗੇ ਕਹਿਣਗੇ ਜੀ ਦੁੱਧ ਪਿੰਣ ਵਾਲਾ ਲੀਟਰ ਲਿਆਓ ਇਹ ਦੁੱਧ ਪਿੰਣ ਵਾਲਾ ਪਵਰਤਨਾ ਕਹ ਲਓ ਹਾਂਜੀ ਹਾਂਜੀ ਅੱਛਾ ਉਹ ਕੀ ਕਹਿਣਗੇ ਇੱਕ ਆਹੀ ਘਰਦਿਆਂ ਨੂੰ ਫੜਾ ਦੇਣਗੇ ਵੀ ਭਾਈ ਤੂੰ ਇਹਨੂੰ ਜਾ ਕੇ ਸਾਫ਼ ਕਰ ਲਿਆ ਸਮਾਰ ਕੇ ਸੁੱਚਾ ਕਰ ਲਿਆ ਪਵਿੱਤਰ ਕਰ ਲਿਆ ਅੱਛਾ ਉਹ ਕਰਨ ਤੋਂ ਬਾਅਦ ਫਿਰ ਕੀ ਹੋਊਗਾ ਫਿਰ ਉਹ ਇੱਕ ਵਾਰੀ ਕੀ ਕਰਦਾ ਉਹ ਆਪਣੇ ਕੋਲੋਂ ਇਸ ਤਰ੍ਹਾਂ ਕਰਕੇ ਉਹਦੇ ਚ ਪਾਣੀ ਪਾਊਗਾ ਉਹ ਫਿਰ ਉਹ ਵੀ ਕਹੂਗਾ ਵੀ ਮੈਂ ਹੁਣ ਇਹਨੂੰ ਆਪ ਪਵਿੱਤਰ ਕਰਨਾ ਉਹ ਫਿਰ ਇਹਨੂੰ ਸਮਾਰ ਕੇ ਧੋਊਗਾ ਸਵਾਰ ਕੇ ਇਸ ਤਰ੍ਹਾਂ ਕਰ ਪਵਿੱਤਰ ਕਰਦਾ ਤੇ ਪਵਿੱਤਰ ਕਰਨ ਤੋਂ ਬਾਅਦ ਉਹ ਕੀ ਕਰਦੇ ਇਹਨੂੰ ਇੱਥੇ ਲਾ ਦਿੱਤਾ ਜਾਂਦਾ ਛਾਤੀ ਤੇ ਹੁਣ ਲਾਉਣ ਤੋਂ ਬਾਅਦ ਕੀ ਹੁੰਦਾ ਇਹ ਗਰਮ ਹੋਣਾ ਸ਼ੁਰੂ ਹੋ ਜਾਂਦਾ ਉਹ ਹੌਲੀ ਹੌਲੀ ਗਰਮ ਇਹਨਾਂ ਹੋ ਜਾਂਦਾ ਫਿਰ ਤੰਤਰਕ ਕਹਿੰਦਾ ਕਿ ਜਿੰਨੀ ਚੀਜ਼ ਤੁਹਾਨੂੰ ਤੰਗ ਕਰਦੀ ਸੀ ਤਪਾਉਂਦੀ ਸੀ ਉਵੇਂ ਇਹ ਜਿਹੜਾ ਬਰਤਨ ਆ ਉਹ ਤਪ ਰਿਹਾ ਹੁਣ ਜੇ ਤੁਸੀਂ ਚੈੱਕ ਕਰੋਗੇ ਤੇ ਗਰਮ ਹੋ ਰਿਹਾ ਬਹੁਤ ਜ਼ਿਆਦਾ ਇਹਨੇ ਹੋਰ ਗਰਮ ਹੋਈ ਜਾਣਾ ਹਾਂ ਜੀ ਕੋਸਾ ਕੋਸਾ ਤਾਂ ਹੋ ਗਿਆ ਹੋ ਗਿਆ ਇਹਨੇ ਗਰਮ ਹੋ ਜਾਣਾ ਹੌਲੀ ਹੌਲੀ ਤੁਹਾਡੇ ਹੱਥ ਚ ਰੱਖਿਆ ਨਹੀਂ ਜਾਣਾ ਇੰਨਾ ਗਰਮ ਹਾਂ ਮੇਰੇ ਕੋਲ ਉਸ ਤੋਂ ਬਾਅਦ ਕੀ ਕਰਦਾ ਉਹ ਇਸ ਤਰ੍ਹਾਂ ਰੱਖਿਆ ਹੋਇਆ ਲੱਗਿਆ ਇਹ ਗਰਮ ਹੋ ਹੀ ਜਾਂਦਾ ਹੋ ਹੀ ਜਾਂਦਾ ਥੋੜੇ ਚਿਰ ਬਾਅਦ ਕੀ ਹੁੰਦਾ ਕਿਉਂਕਿ ਆਪਾਂ ਟਾਈਮ ਨੂੰ ਵੀ ਧਿਆਨ ਚ ਰੱਖਦੇ ਹੋਏ ਮੰਨ ਲਓ ਇਹ ਲੱਗਿਆ ਹੋਇਆ ਲਾਈ ਰੱਖਦਾ 5-7 ਮਿੰਟ ਆਪਦਾ ਕਰੀ ਜਾਂਦਾ ਇਸ ਤਰ੍ਹਾਂ ਕਰਨ ਤੋਂ ਬਾਅਦ ਇਹ ਗਰਮ ਵੀ ਹੋਊਗਾ ਤੇ ਥੋੜੇ ਟਾਈਮ ਬਾਅਦ ਕੀ ਹੋਊਗਾ ਇਹਦੇ ਵਿੱਚ ਰਾਖ ਆ ਜਾਊਗੀ ਉਹ ਕਹਿੰਦਾ ਜਿਹੜੇ ਤਵੀਤ ਖਵਾਏ ਸੀ ਜਿਹੜੇ ਮਸਾਨ ਖਵਾਏ ਸੀ ਉਹ ਅੱਜ ਮੈਂ ਬਾਹਰ ਕੱਢ ਤਾ ਇਸ ਸਾਡੇ ਲੋਕਾਂ ਨੂੰ ਲੱਗਦਾ ਵੀ ਐਸੇ ਕਰਕੇ ਘਰ 'ਚ ਬਿਮਾਰੀ ਸੀ ਜਿਹੜਾ ਸਾਡਾ ਕਿਸੇ ਦੁੱਖੀ ਨੇ ਕੁਛ ਕਰਿਆ ਕਰਾਇਆ ਉਹ ਅੱਜ ਇਹਨਾਂ ਨੇ ਉਹਦਾ ਇਲਾਜ ਕਰਤਾ ਬਾਹਰ ਕੱਢਤਾ ਜਿਹਦੇ ਕਰਕੇ ਕੀ ਹੈ ਕਿ ਹੁਣ ਅਸੀਂ ਠੀਕ ਹੋ ਜਾਾਂਗੇ ਯਾਨੀ ਵੰਦ ਵਿਸ਼ਵਾਸੀ ਤੇ ਪਹਿਲਾਂ ਸੀ ਉਹਨੇ ਉਹਦੇ ਤੇ ਪੱਕੀ ਮੂਹਰ ਲਾਤੀ ਵੀ ਕੁਛ ਇਹ ਜੇ ਤਾੰਤਰਕ ਹੁੰਦੇ ਆ ਜਿਹੜੇ ਤਵੀਤ ਕਰਕੇ ਦੇ ਦਿੰਦੇ ਆ ਮਸਾਣ ਦੇ ਦਿੰਦੇ ਆ ਕਿਸੇ ਦੁੱਖੀ ਰਾਹੀਂ ਉਹ ਤੁਹਾਨੂੰ ਖਵਾ ਦਿੰਦਾ ਖੋਣ ਕਰਕੇ ਤੁਹਾਡੇ ਘਰ 'ਚ ਬਿਮਾਰੀਆਂ ਆਉਂਦੀਆਂ ਇਹ ਹੁਣ ਵਰਤਨ ਹੈ ਜਿਹੜਾ ਇਹਨੂੰ ਜੇ ਆਪਾਂ ਦੋ ਵਾਰੀ ਤਿੰਨ ਵਾਰੀ ਵੀ ਧੋਈ ਜਾਈਏ ਇਹ ਵਾਰ-ਵਾਰ ਜੇ ਮੰਨ ਲਓ ਇੱਕ ਘਰ 'ਚ ਚਾਰ ਇੱਕ ਦੇ ਲਾਇਆ ਲਾਉਣ ਤੋਂ ਬਾਅਦ ਕੀ ਆ ਗਰਮ ਹੋਇਆ ਰਾਖ ਆ ਗਈ ਉਹਦੀ ਢੇਰੀ ਲਾ ਦੀਏ ਆਪਾਂ ਆ ਦੇਖੋਗੇ ਤੁਸੀਂ ਵਾਹ ਜੀ ਵਾਹ ਇਹ ਮਸਾਨ ਨਿਕਲ ਆਈ ਬਾਹ ਇਹ ਮਸਾਨ ਨਿਕਲੇ ਹਾਂ ਮੈਂ ਕਹਿਆ ਇਹੀ ਰਿਹਾ ਸੀ ਇਹਨੂੰ ਹੋਰ ਧੋ ਦੋ ਇੱਕ ਵਾਰੀ ਹੂੰ ਇਹ ਵੈਸੇ ਵੀ ਚੱਲ ਜੂ ਧੋਣ ਦੀ ਲੋੜ ਨਹੀਂ ਦੂਸਰੇ ਦੇ ਲਾ ਦੋ ਇਹ ਫੇਰ ਹੁਣ ਗਰਮ ਹੋਊਗਾ ਫੇਰ ਇਹਦੇ ਚ ਰਾਖ ਆਊਗੀ ਫੇਰ ਧੋ ਕੇ ਲਾ ਦੋ ਬਿਨਾਂ ਧੋਤੇ ਤੋਂ ਜਾਨੀ ਕਹਿਣ ਦਾ ਮਤਲਬ ਕੀ ਹੈ ਵੀ ਉਹ ਪਰਿਵਾਰ ਨੂੰ ਪੱਕੀ ਗ੍ਰਿਫਤ ਚ ਲੈ ਲੈਂਦੇ ਤੇ ਸਾਡੇ ਪੂਰੇ ਸਮਾਜ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਹੋ ਜਾਂਦਾ ਕਿ ਉਹ ਜਿਹੜਾ ਫਲਾਣਾ ਬਾਬਾ ਨਾ ਉਹ ਤਾਂ ਬੜਾ ਪਹੁੰਚਿਆ ਹੋਇਆ ਉਹਦਾ ਕਿਸੇ ਦੇ ਕਰੇ ਕਰਾਏ ਦਾ ਪੱਕਾ ਇਲਾਜ ਆਪਾਂ ਹੁਣ ਵੀ ਟੀਵੀ ਤੇ ਐਡ ਪੜ੍ਹਦੇ ਆ ਕਰੇ ਕਰਾਏ ਦਾ ਇਲਾਜ ਕਿਸੇ ਨੇ ਤਵੀਤ ਮਸਾਣ ਖਵਾਏ ਹੋਣ ਇਲਾਜ ਸੋ ਕਹਿਣ ਦਾ ਮਤਲਬ ਇਹਦੇ ਵਿੱਚ ਇੰਨਾ ਕੀ ਆਪਾਂ ਤਾਂ ਅਵੇਅਰ ਕਰਨਾ ਚਾਹਾਂਗੇ ਸਾਰੇ ਦਰਸ਼ਕਾਂ ਨੂੰ ਕਿ ਅਗਰ ਕੋਈ ਬਾਬਾ ਇਹ ਕਹਿੰਦਾ ਤੁਹਾਨੂੰ ਹਾਂਜੀ ਤਾਂ ਉਹਨੂੰ ਆ ਵਰਤਨ ਜਿਹੜਾ ਇਹ ਐਲੂਮੀਨੀਅਮ ਦਾ ਨਹੀਂ ਦੇਂਦਾ ਅਸਾ ਐਲੂਮੀਨੀਅਮ ਦੇ ਬਰਤਨ ਦਾ ਹੀ ਕਮਾਲ ਹੈ ਇਹ ਐਲੂਮੀਨੀਅਮ ਦੇ ਬਰਤਨ ਦਾ ਹੀ ਕਮਾਲ ਆ ਜਦੋਂ ਤੁਸੀਂ ਇਹ ਨਹੀਂ ਦੇਣਾ ਕੋਈ ਸਟੀਲ ਦਾ ਦੇਵੋਗੇ ਹੋਰ ਦੇਵੋਗੇ ਤਾਂ ਜਿਹੜੀ ਇਹਦੇ ਨਾਲ ਇੱਕ ਰਸਾਇਣ ਦੀ ਕਿਰਿਆ ਉਹ ਨਹੀਂ ਹੋਣੀ ਕੀ ਲਗਾਇਆ ਸੀ ਇਹਦੇ ਵਿੱਚ ਹਾਂ ਐਲੂਮੀਨੀਅਮ ਦੇ ਨਾਲ ਮਰਕਿਊਰੀ ਕਲੋਰਾਇਡ ਦੀ ਇੱਕ ਰਸਾਇਣਕ ਕਿਰਿਆ ਜਿਹਦੇ ਵਿੱਚ ਕੀ ਹੁੰਦਾ ਐਲੂਮੀਨੀਅਮ ਕਲੋਰਾਇਡ ਬਣ ਜਾਂਦਾ ਤਾਪ ਪੈਦਾ ਹੁੰਦਾ ਹੀਟ ਪੈਦਾ ਹੁੰਦੀ ਹੈ ਤੇ ਮਰਕਰੀ ਪੈਦਾ ਹੋ ਜਾਂਦਾ ਓਕੇ ਸੋ ਕਹਿਣ ਨੂੰ ਇੰਨੀ ਅੱਛਾ ਹੁਣ ਇਹ ਗੱਲ ਸਾਡੇ ਲੋਕਾਂ ਨੂੰ ਜਿਹੜੇ ਸਾਇੰਸ ਪੜ੍ਹਦੇ ਉਹਨਾਂ ਨੂੰ ਨਹੀਂ ਪਤਾ ਪਰ ਉਹ ਤਰੰਤਰਕ ਨੂੰ ਪਤਾ ਹੋ ਸਕਦਾ ਉਹ ਸਕੂਲ ਨਾ ਗਿਆ ਹੋਵੇ ਕਿ ਉਹਨੇ ਗਾਹਾਂ ਦੀ ਗਾਹਾਂ ਕਿਸੇ ਤੋਂ ਜਿਹਨੂੰ ਕਹਿੰਦੇ ਹੁੰਦੇ ਨੇ ਨੁਸਖਾ ਲੈ ਲੈ ਉਹ ਨੁਸਕੇ ਦੇ ਆਧਾਰ ਤੇ ਉਹ ਇਹ ਹੀ ਕਰਦਾ ਸੋ ਇਹ ਕਹਿਣਾ ਚਾਹੂੰਗਾ ਮੈਂ ਸਾਰੇ ਦਰਸ਼ਕਾਂ ਨੂੰ ਅਗਰ ਕੋਈ ਵੀ ਕਿਸੇ ਇਲਾਕੇ 'ਚ ਕੋਈ ਬਾਬਾ ਇਹ ਜਿਹਾ ਖੰਡ ਕਰਦਾ ਪਹਿਲਾਂ ਤਾਂ ਤੁਸੀਂ ਆਪ ਹੀ ਵੇਰ ਹੋ ਫੜੋ ਨੂੰ ਕੋਈ ਮਰਜ਼ੀ ਐਲੂਮੀਨੀਅਮ ਤੋਂ ਵੀ ਨਾ ਜਿਹੜੀ ਮਰਜ਼ੀ ਮੈਟਲ ਦਾ ਬਰਤਨ ਦੇ ਦਿਓ ਇਹ ਕੇਰਿਆ ਨਹੀਂ ਆ ਬਿਲਕੁਲ ਜੀ ਕਿਉਂਕਿ ਸਾਡੇ ਮੇਜ਼ ਦੇ ਉੱਤੇ ਦਰਸ਼ਕ ਜਾਨਣਾ ਚਾਹਣਗੇ ਮੇਜ਼ ਦੇ ਉੱਤੇ ਇਸ ਵਕਤ ਸਵਾ ਇਹਦੇ ਵਿੱਚੋਂ ਨਿਕਲੀ ਹੈ ਜਿਹੜੀ ਰਜਿੰਦਰ ਸਰ ਨੇ ਇਹਦੇ ਉੱਤੇ ਪਾ ਕੇ ਦਿਖਾਈ ਹੈ ਇਹਦੇ ਵਿੱਚ ਹੋਰ ਬਣ ਗਈ ਸਵਾ ਦੇਖੋ ਤਾਂ ਲਓ ਜੀ ਹੋਰ ਵੀ ਸਵਾ ਬਣੀ ਹੈ ਬਟਾਪਾ ਦੇਖਾਂਗੇ ਇਹਨੂੰ ਪਾਣੀ ਦੇ ਨਾਲ ਇਹਦਾ ਰਿਐਕਸ਼ਨ ਹੋਏਗਾ ਤੇ ਉਸ ਤੋਂ ਬਾਅਦ ਇਹ ਸਵਾਭ ਬੜੇਗੇ। ਲੇਅਰ ਬਣ ਜਾਂਦੀ ਉਹ ਲੇਅਰ ਲਾਹਾਂਗੇ ਤਾਂ ਥੱਲੇ ਹੋਰ ਡੀਪ ਚਲੀ ਜਾਓ। ਉਹ। ਮਤਲਬ ਇਹ ਐਲੂਮੀਨੀਅਮ ਦੇ ਕੱਪ ਦੇ ਵਿੱਚ ਤੁਸੀਂ ਉਹ ਰਸਾਇਣ ਪਾ ਦਿੱਤਾ ਇਹ ਉਹਦੀ ਰਿਐਕਸ਼ਨ ਹੋ ਰਹੀ ਹੈ। ਇੱਕ ਗੱਲ ਹੋਰ ਦਰਸ਼ਕਾਂ ਦੇ ਮਨ 'ਚ ਆ ਸਕਦੀ ਹੈ। ਵੀ ਰਸਾਇਣ ਬਾਬਾ ਕਦੋਂ ਪਾਉਂਦਾ? ਜਦੋਂ ਅਸੀਂ ਧੋਕੇ ਲਿਓਨੇ। ਹਾਂਜੀ। ਦੋ ਤਰੀਕੇ ਆ ਇਹਦੇ। ਇੱਕ ਤਾਂ ਇਹ ਕਿ ਪੂੜੀ ਬਣਾਓ ਹੱਥ 'ਚ ਰੱਖੀ ਹੋਈ ਆ ਤੁਹਾਨੂੰ ਖਾਲੀ ਦਿਖਾਇਆ ਦਿਖਾਉਣ ਤੋਂ ਬਾਅਦ ਪਾਣੀ ਪਾਉਣ ਵੇਲੇ ਇਹਦੇ ਵਿੱਚ ਛੁੜਤੀ ਵਿੱਚ ਹੀ ਮੜਤਾ ਵਿੱਚ ਹੀ ਕਾਗਜ਼ ਮੜਤਾ ਵਿੱਚ ਹੀ ਉਹ ਹੋ ਗਿਆ। ਨੰਬਰ 2 ਕੀ ਹੁੰਦਾ ਵੀ ਤੁਸੀਂ ਇਹ ਮਰਕਿਊਰੀ ਕਲਰਾਈਡ ਨੂੰ ਪਾਣੀ ਚ ਘੋਲ ਲਓ ਪਾਣੀ ਚ ਘੋਲ ਕੇ ਉਹਦੇ ਨਾਲ ਆ ਰਮਾਲ ਆ ਜਿਹੜਾ ਗਿੱਲਾ ਕਰ ਲਓ ਸਾਰਾ ਪਾਣੀ ਇਹਦੇ ਵਿੱਚ ਆ ਜਾਊਗਾ ਇਹਨੂੰ ਧੁੱਪੇ ਰੱਖਦੇ ਸੁੱਕ ਜਾਊਗਾ ਸਾਰਾ ਮਰਕਿਊਰੀ ਇਹਦੇ ਵਿੱਚ ਆ ਜਾਊਗਾ ਭਾਂਡੇ ਨੂੰ ਤੋਂ ਉਹ ਗਿੱਲਾ ਹੋ ਗਿਆ ਜਦੋਂ ਇਹਨੂੰ ਸੁਕਾ ਇਸ ਤਰ੍ਹਾਂ ਕਰੋਗੇ ਤਾਂ ਇਹ ਫੇਰ ਇਹਨੂੰ ਇਹਨੂੰ ਲੱਗ ਜਾਊਗਾ ਅੱਛਾ ਤੇ ਇਹ ਹੁਣ ਭੂਤਾ ਬਾਹਰ ਕੱਢ ਦਿੱਤੀਆਂ ਤੁਸੀਂ ਹਾਂ ਕਹਿਣ ਦਾ ਮਤਲਬ ਆਪਾਂ ਕਹਿਣਾ ਇਹ ਚਾਹੁੰਦੇ ਸੀ ਕਿ ਅਜਿਹਾ ਕੁਝ ਵੀ ਨਹੀਂ ਹੁੰਦਾ ਕਿਸੇ ਕੋਲੇ ਠੀਕ ਹੈ ਰਸਾਇਣਾਂ ਦੇ ਕਿਰਿਆਵਾਂ ਹੁੰਦੀਆਂ ਨੇ ਜਦੋਂ ਸਾਨੂੰ ਨਹੀਂ ਪਤਾ ਹੁੰਦਾ ਫਿਰ ਸਾਡੇ ਤੇ ਉਹਨਾਂ ਦਾ ਪ੍ਰਭਾਵ ਆ ਜਿਹੜਾ ਉਹ ਦੇਵੀ ਸ਼ਕਤੀਆਂ ਵਾਂਗ ਬਣ ਜਾਂਦਾ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆਪਾਂ ਇੱਕ ਸਚਾਈ ਵੱਲ ਵਧੀਏ ਇੱਕ ਸੰਗੀਤ ਦੀ ਨਵੀਂ ਪੇਸ਼ਕਸ਼ ਸਾਡੇ ਦਸ਼ਕਾ ਵਾਸਤੇ ਤੁਸੀਂ ਵੀ ਉਸ ਨੂੰ ਆਨੰਦ ਮਾਣੋ ਉਸ ਗੀਤ ਦਾ ਤੇ ਉਸ ਤੋਂ ਬਾਅਦ ਜੀ ਪਰਤਦੇ ਆਪਨੇ ਵਿਸ਼ੇ ਦੇ ਉੱਤੇ ਯਾਨੇ ਮੇਰੀ ਦੇ ਜਵਾਂ ਸੀ ਗੱਲ ਕਰ ਰਹੇ ਹਾਂ ਤਰਕਸ਼ੀਲ ਜਾਗਰੂਕਤਾ ਦੇ ਤੇ ਸਾਡੇ ਨਾਲ ਰਜਿੰਦਰ ਪਧੌਰ ਜੀ ਮੌਜੂਦ ਨੇ ਜੋ ਕਿ ਆਗੂ ਨੇ ਵਿਦਿਆਰਥੀ ਚੇਤਨਾ ਵਿਭਾਗ ਦੇ ਸੋ ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ ਕਿ ਵਿਦਿਆਰਥੀਆਂ ਨੂੰ ਪੜਨ ਵਾਲ ਧਿਆਨ ਦੇਣਾ ਚਾਹੀਦਾ ਹੈ ਵਿਗਿਆਨਿਕ ਸੋਚ ਵਾਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਵਹਿਮਾਂ ਪਰਮਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਔਰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਹੀ ਵਿਗਿਆਨਿਕ ਸੋਚ ਯਾਨੀ ਸਾਇੰਟਿਫਿਕ ਟੈਂਪਰ ਹੋਣਾ ਚਾਹੀਦਾ ਹੈ ਸਾਡਾ ਕਿ ਅਸੀਂ ਹਰ ਚੀਜ਼ ਨੂੰ ਕੋਖੀਏ ਉਹਦਾ ਲੌਜੀਕ ਕੀ ਹੈ ਉਹਦੀ ਸੱਚਾਈ ਕੀ ਹੈ ਸੱਚਾਈ ਨੂੰ ਜਾਣੀਏ ਤਾਂ ਉਹ ਸੱਚਾਈ ਨੂੰ ਜਾਣ ਕੇ ਹੀ ਅਸੀਂ ਹਰ ਚੀਜ਼ ਦੀ ਤੈ ਤੱਕ ਪਹੁੰਚ ਸਕਦੇ ਆ ਨਹੀਂ ਤਾਂ ਵੈਮਾ ਪਰਮਾਨੰਸੀ ਸ਼ਿਕਾਰ ਹੋ ਸਕਦੇ ਆ ਔਰ ਵੈਮ ਪਰਮ ਪੂਰੀ ਜ਼ਿੰਦਗੀ ਨੂੰ ਤਬਾਹ ਕਰ ਸਕਦੇ ਨੇ ਇਸ ਕਰਕੇ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਔਰ ਇੱਕ ਬੜੀ ਮਜ਼ਾਹੀਆ ਗੱਲ ਮੈਨੂੰ ਮਜ਼ਾਕ ਵਾਲੀ ਗੱਲ ਯਾਦ ਆਈ ਕਿ ਦੋ ਬਿੱਲੀਆਂ ਆਪਸ ਦੇ ਵਿੱਚ ਗੱਲਾਂ ਕਰਦੀਆਂ ਪਈਆਂ ਤੇ ਉਹ ਕੀ ਗੱਲਾਂ ਕਰਦੀਆਂ ਕਿ ਅੱਜ ਨਾ ਇੱਕ ਬੰਦਾ ਮੇਰਾ ਰਾਹ ਕੱਟ ਗਿਆ ਤੇ ਅੱਜ ਬੜਾ ਮਾੜਾ ਦਿਨ ਨਿਕਲਣਾ ਕਿਉਂਕਿ ਬੰਦੇ ਦਾ ਕਿਰਦਾਰ ਅੱਜ ਬੜਾ ਨੀਵਾ ਹੋ ਗਿਆ ਇਸ ਕਰਕੇ ਬੰਦੇ ਦਾ ਰਾਹ ਕੱਟਣਾ ਵੀ ਬਿੱਲੀਆਂ ਮਾੜਾ ਮੰਨਦੀਆਂ ਨੇ ਉਹ ਇੱਕ ਗੱਲ ਕਹਿੰਦੀਆਂ ਨੇ ਕਿ ਰਾਸਤੇ ਕੋ ਕਾਟ ਕਰ ਨਿਕਲਾ ਹੈ ਦੇਖੋ ਆਦਮੀ ਇਹ ਸ਼ਗੁਨ ਅੱਛਾ ਨਹੀਂ ਕਹਿ ਰਹੀ ਹੈ ਬਿੱਲੀ ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਇਨਸਾਨ ਦੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਰਾਤ ਨੂੰ ਝਾੜੂ ਨਾ ਮਾਰੋ ਇਹ ਵੀ ਕਿਹਾ ਜਾਂਦਾ ਹੈ ਤਾਂ ਉਹਦਾ ਸੈਂਟੀਫਿਕ ਗੱਲ ਇਹ ਹੈ ਕਿ ਰਾਤ ਨੂੰ ਕਿਉਂਕਿ ਪਿਛਲੇ ਵਕਤਾਂ ਦੇ ਵਿੱਚ ਉਦੋਂ ਪੂਰੀ ਰੋਸ਼ਨੀ ਨਹੀਂ ਸੀ ਦੀਵਾ ਬਾਲਦੇ ਸੀ ਹੋ ਸਕਦਾ ਕੋਈ ਸੋਨਾ ਹੋਵੇ ਕੋਈ ਜ਼ਿਆਦਾ ਮਹਿੰਗੀ ਚੀਜ਼ ਹੋਵੇ ਤੁਹਾਨੂੰ ਪਤਾ ਨਾ ਲੱਗੇ ਤੁਸੀਂ ਝਾੜੂ ਨਾਲ ਬਾਹਰ ਕੱਢ ਦਿਓ ਇਸ ਕਰਕੇ ਦਿਨ ਵੇਲੇ ਝਾੜੂ ਮਾਰੋ ਤੇ ਉਹ ਫਿਰ ਉਹ ਵਹਿਮ ਹੀ ਬਣ ਗਿਆ ਕਿ ਰਾਤ ਨੂੰ ਝਾੜੂ ਨਹੀਂ ਮਾਰਨਾ ਚਾਹੀਦਾ ਸੋ ਇਹ ਸਾਇੰਸ ਦੀ ਤਰੱਕੀ ਦੇ ਨਾਲ ਨਾਲ ਜਿਵੇਂ ਰੋਸ਼ਨੀ ਆ ਗਈ ਸਾਡੇ ਦਿਮਾਗ ਵੀ ਰੋਸ਼ਨ ਹੋਣੇ ਚਾਹੀਦੇ ਨੇ ਸੋ ਇੱਕ ਗੱਲ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਜਦੋਂ ਆਉਂਦੀਆਂ ਨੇ ਅਸੀਂ ਮੁਸ਼ਕਲਾਂ ਦਾ ਹੱਲ ਕਰਨ ਦੀ ਬਜਾਏ ਉਹਨਾਂ ਦਾ ਸਾਹਮਣਾ ਕਰਨ ਦੀ ਬਜਾਏ ਅਸੀਂ ਐਦਾਂ ਦੇ ਨੁਸਖੇ ਅਪਣਾਉਣਾ ਸ਼ੁਰੂ ਕਰ ਦਿੰਨੇ ਆ ਵਹਿਮਾਂ ਪਰਮਾਂ ਦੇ ਵਿੱਚ ਪੈ ਜਾਂਦੇ ਆ ਤੁਸੀਂ ਜ਼ਰਾ ਇਹ ਲਾਈਫ ਨੂੰ ਮੋਟੀਵੇਟ ਕਰੋ ਕਿੱਦਾਂ ਲਾਈਫ ਨੂੰ ਜੀਉਣਾ ਚਾਹੀਦਾ ਹੈ ਤਾਂ ਕਿ ਅਸੀਂ ਅੱਗੇ ਵਧ ਸਕੀਏ ਦੇਖੋ ਲਾਈਫ ਨੂੰ ਮੋਟੀਵੇਟ ਕਰਨ ਵਾਲੀ ਗੱਲ ਆ ਅਕਸਰ ਟੀਵੀ ਤੇ ਕਹਿ ਲੋ ਐਡ ਆਉਂਦੀ ਆ ਹੋਰ ਆ ਜੀ ਵਸ਼ੀਕਰਨ ਕਰਾ ਲੋ ਜੀ ਆਹ ਕਰਾ ਲੋ ਆਹ ਕਰਾ ਲੋ ਜਣੀ ਹਰ ਇੱਕ ਨੂੰ ਪਰਿਵਾਰ ਦੇ ਅੰਦਰ ਲੱਗਦਾ ਆਦਮੀ ਨੂੰ ਤਾਂ ਇਹ ਲੱਗਦਾ ਵੀ ਔਰਤ ਮੇਰੇ ਬਸ ਚ ਹੋ ਜੇ ਮੇਰੇ ਅਨਸਾਰ ਕੰਮ ਕਰੇ ਵਸ਼ੀਕਰਨ ਵਸ਼ੀਕਰਨ ਅੱਛਾ ਔਰਤ ਨੂੰ ਇਹ ਲੱਗਦਾ ਵੀ ਮੇਰੇ ਘਰ ਵਾਲਾ ਮੇਰਾ ਪਤੀ ਮੇਰੇ ਬਸ ਚ ਹੋ ਜੇ ਜਿਵੇਂ ਮੈਂ ਕਹਿੰਨੀ ਉਵੇਂ ਕੰਮ ਹੋਵੇ ਜੀ ਜੀ ਅੱਛਾ ਸਚਾਈ ਇਹ ਤੋਂ ਬਹੁਤ ਦੂਰ ਹੈ ਸਚਾਈ ਇਹ ਹੈ ਕਿ ਇੱਕ ਪਰਿਵਾਰ ਦੇ ਵਿੱਚ ਜਦੋਂ ਅਸੀਂ ਰਹਿੰਨੇ ਆ ਇੱਕ ਆਦਮੀ ਲਈ ਉਸ ਘਰ ਚ ਉਹਦੀ ਮਾਂ ਵੀ ਆ ਤੇ ਔਰਤ ਵੀ ਆ ਵਾਈਫ ਪਤਨੀ ਵੀ ਆ ਹਾਂਜੀ ਹਾਂਜੀ ਹੁਣ ਜੇ ਅਸੀਂ ਬਣਦਾ ਸਤਕਾਰ ਰਿਸ਼ਤਿਆਂ ਦਾ ਸਤਕਾਰ ਮਤਲਬ ਜੇ ਉਹ ਵਾਈਫ ਆ ਜਿਹੜੀ ਉਹਦੀ ਜਿਹੋ ਆਪਦੀ ਸੱਸ ਨੂੰ ਮਾਂ ਵਾਲਾ ਸਤਕਾਰ ਦਿੰਦੀ ਆ ਤਾਂ ਮੈਨੂੰ ਲੱਗਦੀ ਆ ਕਿ ਮੈਂ ਗਰੰਟੀ ਨਾਲ ਕਹਿ ਸਕਦਾ ਵੀ ਜੇ ਇੱਕ ਔਰਤ ਆਪਦੀ ਸੱਸ ਨੂੰ ਮਾਂ ਵਾਲਾ ਸਤਕਾਰ ਦਿੰਦੀ ਆ ਤਾਂ ਉਹਦਾ ਪਤੀ ਹਮੇਸ਼ਾ ਉਹਦੇ ਬਸ ਵਿੱਚ ਰਹੂ ਮਤਲਬ ਇਹ ਤੁਹਾਡਾ ਵਿਵਹਾਰ ਹੈ ਜਿਹੜਾ ਵਾਸਿਸ ਕਰਦਾ ਤੁਹਾਡਾ ਮੂਹ ਹੈ ਪਿਆਰ ਹੈ ਇੱਕ ਆਦਮੀ ਹੈ ਜਿਹੜਾ ਅਗਰ ਔਰਤ ਦੇ ਮਾਪਿਆਂ ਨੂੰ ਆਪਣੇ ਮਾਪਿਆਂ ਵਾਂਗੂ ਸਤਿਕਾਰ ਦਿੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਔਰਤ ਕਦੇ ਵੀ ਉਹਦੇ ਵਾਸਚੋਂ ਬਾਹਰ ਅਸੀਂ ਅਸੀਂ ਵਾਸਤੂ ਕਰਨ ਵਾਸਤੇ ਜਾਂਦੇ ਆ ਤੰਤਰਕਾਂ ਕੋਲੇ ਕਿ ਉਹ ਤਵੀਤ ਦੇ ਦੇ ਕੋਈ ਪਰਚੀ ਤੇ ਲਿਖ ਕੇ ਚਾਰ ਅੱਖਰ ਦੇ ਦੇ ਤੇ ਫਿਰ ਮੈਂ ਉਹਦੇ ਸਰਾਣੇ ਥੱਲੇ ਦੇਦਾ ਉਸ ਤੋਂ ਬਾਅਦ ਜਿਵੇਂ ਮਰਜੀ ਮੈਂ ਉਹਨੂੰ ਕਹਾ ਉਵੇਂ ਕਰੀ ਜਾਵੇ ਪਰ ਮੈਂ ਤਾਂ ਇਸ ਅੱਜ ਡੀਡੀ ਪੰਜਾਬੀ ਦੇ ਜਿਹੜੇ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਤੁਹਾਡਾ ਆਪਸੀ ਮੋਹ ਪਿਆਰ ਹੈ ਰਿਸ਼ਤਿਆਂ ਨੂੰ ਬਣਦਾ ਸਤਕਾਰ ਹੈ ਸਭ ਤੋਂ ਵੱਡਾ ਬਸ਼ੀ ਕਰਨ ਦਾ ਮੰਤਰ ਹੈ ਹੋਰ ਕਿਸੇ ਕੋਲੇ ਜਿਹੜਾ ਕੋਈ ਚਾਹੇ ਵੱਡੇ ਡੇਰੇ 'ਚ ਬੈਠਾ ਬਾਬਾ ਚਾਹੇ ਛੋਟੇ 'ਚ ਬੈਠਾ ਚਾਹੇ ਵੱਡੀ ਦੁਕਾਨ ਪਾਈ ਹੈ ਚਾਹੇ ਛੋਟੀ ਪਾਈ ਹੈ ਬਸ਼ੀ ਕਰਨ ਦਾ ਤੁਹਾਨੂੰ ਮੰਤਰ ਦਿੰਦਾ ਤਾਂ ਤੁਹਾਡੀ ਆਰਥਿਕ ਮਾਨਸਿਕ ਲੁੱਟ ਕਰਨ ਤੋਂ ਵੱਧ ਹੋਰ ਕੁਝ ਬਿਲਕੁਲ ਜੀ ਇੱਕ ਬੰਦੇ ਨੇ ਜਾ ਕੇ ਇਦਾਂ ਹੀ ਵਸ਼ੀ ਕਰਨ ਵਾਸਤੇ ਕਿਹਾ ਕਿ ਮੈਨੂੰ ਆ 10 15 ਜਿਹੜੇ ਬਿਜ਼ਨਸਮੈਨ ਨੇ ਨਾ ਇਹ ਵਾਸਤੇ ਚ ਕਰਕੇ ਦੇ ਦੇ ਕਿਉਂਕਿ ਮੈਂ ਅਮੀਰ ਬੰਨਾ ਚਾਹਣਾ ਜੀ ਜੀ ਜਿੱਦਾਂ ਮੈਂ ਚਾਹਾਂਗਾ ਇਹ ਚੱਲਣਗੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਚਾਹੀਦੀ ਹੈ ਸੋ ਇਹ ਜਿਹੜਾ ਪੁਨਰ ਜਨਮ ਦੇ ਵਿੱਚ ਵੀ ਕਈ ਲੋਕ ਵਿਸ਼ਵਾਸ ਕਰਦੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੀ ਹੈ ਤੁਹਾਡੀ ਸੋਸਾਇਟੀ ਦੇਖੋ ਪੁਨਰ ਜਨਮ ਬਾਰੇ ਸੋਸਾਇਟੀ ਤਾਂ ਬਹੁਤ ਦੇਰ ਤੋਂ ਜਦੋਂ 1984 ਚ ਬਣੀ ਆ ਉਦੋਂ ਤੋਂ ਇਹ ਸੀ ਕਿ ਅ ਜ ਸੰਖੇਪ ਚ ਗੱਲ ਕਹਿਣੀ ਹੋਵੇ ਵੀ ਇਹ ਸਰੀਰ ਆ ਜਿਹੜਾ ਸਾਡਾ ਪੂਰੇ ਦਾ ਪੂਰਾ ਹਾਂਜੀ ਇਹ ਪੂਰੇ ਬ੍ਰਹਿਮੰਡ ਦੇ ਵਿਕਾਸ ਚੋਂ ਪੈਦਾ ਹੋਇਆ ਜੀ ਖਤਮ ਹੋਣ ਵੇਲੇ ਇਹਨੇ ਇਸੇ ਬ੍ਰਹਿਮੰਡ ਦੇ ਵਿੱਚ ਸਮਾ ਜਾਣਾ ਜੀ ਵੱਖ-ਵੱਖ ਤੱਤਾਂ ਤੋਂ ਹੀ ਬਣਿਆ ਹੋਇਆ ਵੱਖ-ਵੱਖ ਤੱਤਾਂ 'ਚ ਹੀ ਇਹਨੇ ਖਿੰਡ ਜਾਣਾ ਨਾ ਇਹਦੇ ਵਿੱਚ ਕੁਝ ਆਇਆ ਤੇ ਨਾ ਇਹਦੇ 'ਚ ਕੁਝ ਨਿਕਲਦਾ ਜੀ ਹੁਣ ਆ ਗਈ ਗੱਲ ਪੁਨਰਜਨਮ ਦੀ ਪੁਨਰਜਨਮ ਸੋਸ਼ਲ ਮੀਡੀਆ ਤੇ ਕਾਫੀ ਕੁਝ ਹੁੰਦਾ ਹੈ ਇਹਦੇ ਬਾਰੇ ਹਾਂ ਬਹੁਤ ਕੁਝ ਹੋ ਰਿਹਾ ਹੈ ਉਹਦੀ ਵੀ ਜੇ ਲੋਡ ਟਾਈਮ ਹੋਇਆ ਤਾਂ ਆਪਾਂ ਗੱਲ ਕਰਾਂਗੇ ਅੱਛਾ ਫੇਰ ਆ ਜਾਂਦੀ ਹੈ ਗੱਲ ਕਿ ਪੁਨਰਜਨਮ ਹੋਇਆ ਜਾ ਪੁਨਰਜਨਮ ਹੁੰਦਾ ਕੋਈ ਸਾਡੇ ਕੁਝ ਪੁਰਾਣੇ ਸੰਸਕਾਰ ਪਏ ਤਰਖੀ ਸੇਟੀ ਇਹ ਸਮਝਦੀ ਹੈ ਕਿ ਜਦੋਂ ਇਹਦੇ ਚ ਕੁਝ ਨਿਕਲਦਾ ਹੀ ਨਹੀਂ ਅੱਗੇ ਜਾਂਦਾ ਹੀ ਨਹੀਂ ਪੁਨਰਜਨਮ ਵਾਲੀ ਕੋਈ ਗੱਲ ਨਹੀਂ ਟੂ ਦੀ ਪੁਆਇੰਟ ਪਰ ਸਾਡੇ ਸੰਸਕਾਰਾਂ ਚ ਕੀ ਹੋਇਆ ਤੁਸੀਂ ਵੀ ਦੇਖਿਆ ਹੋ ਹੁਣ ਕਾਫੀ ਘਟ ਗਿਆ ਪਹਿਲਾਂ ਚੱਲਦਾ ਸੀ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਮੌਤ ਤੋਂ ਬਾਅਦ ਜਿੱਥੇ ਉਹਨੂੰ ਨਿੜਾਇਆ ਜਾਂਦਾ ਸੀ ਉੱਥੇ ਸਵਾਹ ਫੇਰ ਕੇ ਉਹਦੇ ਉੱਪਰ ਬੱਠਲ ਤਸਲਾ ਮੁੱਧਾ ਮਾਰ ਦਿੱਤਾ ਜਾਂਦਾ ਸੀ ਤਾਂ ਕਿ ਇਹ ਪਤਾ ਲੱਗ ਸਕੇ ਕਿ ਜਿਹੜਾ ਇਹ ਮਰਿਆ ਅੱਗੇ ਕਿਹੜੀ ਜੂਨ ਪਿਆ ਅੱਛਾ ਜੀ ਤੇ ਅਕਸਰੇ ਦੇਖਿਆ ਜਾਂਦਾ ਸੀ ਕਿ ਜਿੰਨਾ ਕੁ ਮੈਂ ਵੇਖਿਆ ਕਿ 99% ਜਿਹੜੀ ਉੱਥੇ ਪੈੜ ਹੈ ਉਹ ਬੱਚੇ ਦੀ ਹੁੰਦੀ ਸੀ ਅੱਛਾ ਜੀ ਇਹ ਗੱਲ ਪਰਿਵਾਰ ਨੂੰ ਦੁੱਖ ਚੋਂ ਕੱਢਣ ਵਾਸਤੇ ਤਾਂ ਬਹੁਤ ਅੱਛੀ ਹੈ ਬਈਰ ਹੁਣ ਰੋਣਾ ਕਰ ਲਾਉਣਾ ਬੰਦ ਕਰੋ ਆਪਣਾ ਮਰਨ ਵਾਲਾ ਤਾਂ ਦੇਖੋ ਬੱਚੇ ਦੇ ਜੀਵਨ ਮਿਲ ਗਿਆ ਉਹਨੂੰ ਕਿੱਥੇ 84 ਲੱਖ ਜੂਨਾ ਹੁੰਦੀਆਂ ਐ 83,99,999 ਚ ਗੇੜੇ ਖਾ ਕੇ ਬੰਦਾ ਮਸਾ ਮਨੁੱਖੀ ਜਾਮੇ ਚੋਂਦਾ ਆਪਣੇ ਤਾਂ ਸਿੱਧਾ ਹੀ ਚਲਿਆ ਗਿਆ ਹਮ ਸਾਰੇ ਵੀ ਹੁਣ ਰੋਣਾ ਕਰਾਉਣਾ ਹੁਣ ਜਿੱਥੇ ਗੱਲ ਪਰਿਵਾਰ ਨੂੰ ਹੌਸਲਾ ਦੇਣ ਵਾਸਤੇ ਤਾਂ ਠੀਕ ਆ ਪਰ ਇਹ ਪੀੜੀਆਂ ਨੂੰ ਪੁਨਰ ਜਨਮ ਦੀ ਥਿਉਰੀ ਵਾਸਤੇ ਸਰੱਪਿਆ ਜਾਂਦਾ ਹਮ ਕਿਉਂਕਿ ਹੁਣ ਤੱਕ ਦੀ ਹੈ ਜਿੰਨੀਆਂ ਖੋਜ ਪੜਤਾਲ ਆਪਾਂ ਦੇਖਿਆ ਵੀ ਜਿਹੜੀ ਸਾਡੀ ਯਾਦ ਆਸ਼ਤਾ ਕਿਉਂਕਿ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਬਹੁਤ ਕੁਸ਼ਲ ਸਮਾਜ ਚ ਚੱਲੀ ਜਾਂਦਾ ਹੈ ਬਈ ਫਲਾਣੇ ਥਾਂ ਤੇ ਫਲਾਣੇ ਬੱਚੇ ਨੇ ਜਨਮ ਲੈ ਲਿਆ ਫਲਾਣੇ ਥਾਂ ਤੇ ਫਲਾਣੇ ਬੱਚੇ ਨੇ ਜਨਮ ਜਦੋਂ ਇੱਕ ਦੀ ਸਟੋਰੀ ਹਾਈਲਾਈਟ ਹੋ ਜਾਂਦੀ ਹੈ ਅੱਜ ਕੱਲ ਜਿਵੇਂ ਕਹੇ ਲੋ ਟੀਆਰਪੀ ਕਹੇ ਲੋ ਵਿਊਜ਼ ਕਹੇ ਲੋ ਉਹਦਾ ਯੋਗਾ YouTube ਨੇ ਪੈਸੇ ਵੀ ਉਹ ਨੂੰ ਦੇਖ ਕੇ ਦੇਣੇ ਹੁੰਦੇ ਆ ਫਿਰ ਦੌੜ ਲੱਗ ਜਾਂਦੀ ਆ ਚੈਨਲ ਆ ਲੈ ਆਂਦੇ ਵੀ ਉੱਥੇ ਜਾ ਕੇ ਆਪਾਂ ਸਟੋਰੀਆਂ ਕਵਰ ਕਰੀਏ ਅਸੀਂ ਵੇਖਿਆ ਇਹ ਸਿੱਟਾ ਕੱਢਿਆ ਵੀ ਅੱਜ ਤੱਕ ਕਿਸੇ ਵੀ ਬੱਚੇ ਨੇ ਆਪਦਾ ਪਿਛਲੇ ਜਨਮ ਦਾ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਨਹੀਂ ਦੱਸਿਆ ਕਿਉਂ ਫਿਰ ਕੰਮ ਬੜਾ ਸਖਾਲਾ ਹੋ ਜੇ ਵੀ ਭਾਈ ਬੱਚਾ ਕਹਿੰਦਾ ਮੈਂ ਪਿਛਲੇ ਜਨਮ ਚ ਆ ਮੇਰਾ ਨਾਮ ਸਿਆ ਮੇਰਾ ਮਾਂ ਦਾ ਨਾਮ ਮੇਰਾ ਪਿਓ ਦਾ ਨਾਮ ਆ ਸਾਡਾ ਪਿੰਡ ਦਾ ਨਾਮ ਤੇ ਆਪਾਂ ਉਸ ਘਰੇ ਜਾਈਏ ਤੇ ਲੱਭ ਲਈਏ ਹਾਂਜੀ ਹੁੰਦਾ ਕੀ ਇਹ ਵਿਚਾਲੇ ਕੜੀ ਬੱਚਾ ਕੀ ਕਹਿੰਦਾ ਬੱਚਾ ਕਹਿੰਦਾ ਵੀ ਐਂ ਕਰਕੇ ਮੈਂ ਮਰ ਗਿਆ ਸੀ ਮੋਟਰਸਾਈਕਲ ਤੇ ਮੇਰਾ ਐਕਸੀਡੈਂਟ ਹੋ ਗਿਆ ਸੀ ਅੱਛਾ ਜੀ ਮੈਂ ਫਲਾਣਾ ਮੇਰਾ ਪਿੰਡ ਸੀ ਹੂੰ ਤੇ ਅਸੀਂ ਕੀ ਕਰਦੇ ਉੱਥੇ ਜਾ ਕੇ ਸਪੀਕਰ ਚ ਬੁਲਾ ਦਿੰਨੇ ਆਂ ਵੀ ਇਸ ਪਿੰਡ ਦਾ ਬਈ ਕੋਈ ਫਲਾਣੇ ਪਿੰਡ ਜਨਮ ਲਿਆ ਕੋਈ ਮੋਟਰਸਾਈਕਲ ਦਾ ਐਕਸੀਡੈਂਟ ਹੋ ਕੇ ਮਰਿਆ ਕੋਈ ਐ ਨਹੀਂ ਕਹਿੰਦੇ ਵੀ ਉਹ ਬੱਚਾ 4 ਸਾਲ ਦਾ ਬਈ 4 ਸਾਲ ਪਹਿਲਾਂ ਕੋਈ ਮਰਿਆ ਨਾ ਚਾਹੇ ਕੋਈ 20 ਸਾਲ ਪਹਿਲਾਂ ਮਰਿਆ ਉਹਨੂੰ ਉਹ ਚੱਕ ਕੇ ਉਹਦੇ ਨਾਲ ਉਹਦੀ ਸਟੋਰੀ ਆ ਜਿਹੜੀ ਪੜਾ ਦਿੱਤੀ ਜਾਂਦੀ ਆ ਫਿਰ ਇੱਕ ਵੱਡਾ ਸਵਾਲ ਆ ਅਸਲ ਚ ਵੀ ਬੱਚਾ ਇਹ ਗੱਲਾਂ ਕਰਦਾ ਕਿਉਂ ਆ ਪੁਰਾਣੇ ਜਨਮ ਦੀਆਂ ਇਹ ਵਰਤਾਰਾ ਵਰਲਡਵਾਈਡ ਆ ਸਾਰੇ ਸੰਸਾਰ ਚ ਆਏ ਪਰ ਇਹਦੀ ਸਟੋਰੀ ਉੱਥੇ ਹੀ ਬਣਦੀ ਆ ਜਿਹੜੇ ਦੇਸ਼ ਜਿਹੜੇ ਕੌਮੇ ਕੌਮਾਂ ਜਿਹੜੇ ਧਰਮ ਪੁਨਰ ਜਨਮ ਦੀ ਥਿਉਰੀ ਨੂੰ ਮੰਨਦੇ ਆ ਜਾਨੀ ਮੁਸਲਮਾਨ ਕੰਟਰੀ ਚ ਪੁਨਰ ਜਨਮ ਦੀ ਕੋਈ ਸਟੋਰੀ ਅਜੇ ਤੱਕ ਸਟੈਬਲਿਸ਼ ਨਹੀਂ ਹੋਈ ਸਭ ਤੋਂ ਵੱਡ ਕੰਮ ਆ ਜਿਹੜਾ ਉਹ ਵਰਜੀਨੀਆ ਯੂਨੀਵਰਸਿਟੀ ਨੇ ਕੀਤਾ ਇਹਦੇ ਤੇ ਅਮਰੀਕਾ ਦੀ ਨਹੀਂ 2500 ਕੇਸ ਉਹਨਾਂ ਨੇ ਸਟੱਡੀ ਕੀਤੀ ਤੇ ਸਟੱਡੀ ਕਰਕੇ ਉਹਨਾਂ ਨੇ ਇੱਕ ਗੱਲ ਬਹੁਤ ਮੈਂ ਸਮਝਦਾ ਸੈਂਟਿਫਿਕ ਕੱਢੀ ਕਿ ਬੱਚੇ ਦੇ ਮਨ ਚ ਕੁਝ ਭਾਵਨਾਵਾਂ ਆਉਂਦੀਆਂ ਉਹਦੀ ਥਿੰਕਿੰਗ ਡਿਲੀਊਜ਼ਨਰੀ ਹੋ ਜਾਂਦੀ ਆ ਉਹਦੇ ਚ ਰੀਅਟੈਚਮੈਂਟ ਦੀ ਭਾਵਨਾ ਆ ਜਾਂਦੀ ਐ ਹੁਣ ਵਾਲੇ ਮਾਪਿਆਂ ਪ੍ਰਤੀ ਉਹ ਰਿਐਕਟਿਵ ਹੋ ਜਾਂਦਾ ਕਿਸੇ ਗੱਲ ਕਰਕੇ ਵੀ ਤੁਸੀਂ ਨਹੀਂ ਮੇਰੇ ਮਾਪੇ ਮੇਰੇ ਮਾਂ ਪਿਓ ਤਾਂ ਹੋਰ ਸੀ ਮੇਰਾ ਤਾਂ ਹੋਰ ਪਿੰਡ ਸੀ ਪਿੰਡਾਂ ਦੇ ਨਾਲ ਕੋਈ ਨਾ ਕੋਈ ਰਿਸ਼ਤੇਦਾਰੀਆਂ ਚੋਂ ਆਂਢ ਗੋਂਢ ਚੋਂ ਕੋਈ ਨਾ ਕੋਈ ਕੰਨ ਪਿਆ ਹੀ ਹੁੰਦਾ ਵੀ ਆ ਵੀ ਪਿੰਡ ਹੁੰਦਾ ਆ ਵੀ ਪਿੰਡ ਬਾਕੀ ਕੰਮ ਸਾਰਾ ਉਸ ਤੋਂ ਬਾਅਦ ਚੱਲਦਾ ਜੀ ਜੀ ਮੰਨ ਲਓ ਅੱਜ ਤੱਕ ਕੋਈ ਇਹੋ ਜਿਹਾ ਪੁਨਰ ਜਨਮ ਨਹੀਂ ਹੋਇਆ ਵੀ ਗੁਜਰਾਤ ਵਾਲੇ ਨੇ ਪੰਜਾਬ ਚ ਜਨਮ ਲਿਆ ਹੋਵੇ ਤੇ ਗੁਜਰਾਤੀ ਬੋਲਦਾ ਹੋਵੇ ਤਾਮਲ ਵਾਲੇ ਨੇ ਪੰਜਾਬ ਚ ਜਾਂ ਤਾਮਲ ਨਹੀਂ ਹੋਇਆ ਇਹ ਪੁਨਰ ਜਨਮ ਦੀਆਂ ਘਟਨਾਵਾਂ 10 20 50 100 ਕਿਲੋਮੀਟਰ ਤੱਕ ਔਰ ਉਹਦੇ ਚ ਵੀ ਇੱਕ ਕੜੀ ਹਮ ਹੁਣ ਜਦੋਂ ਬੱਚਾ ਜੇਹੀ ਹੀ ਗੱਲ ਕਰਦਾ ਜਿਹੜੀ ਉਹ ਦੋ ਤਿੰਨ ਗੱਲਾਂ ਕਹਿੰਦਾ ਜੇ ਆਪਾਂ ਉਹਨੂੰ ਉੱਥੇ ਲੈ ਦੀ ਉੱਥੇ ਕੁਝ ਨਹੀਂ ਹੁੰਦਾ ਫਿਰ ਇੱਕ ਕੜੀ ਮਿਲ ਜਾਂਦੀ ਹੈ ਜਿਹੜੀ ਉਹਨਾਂ ਨੂੰ ਮਿਲਾ ਦਿੰਦੀ ਹੈ ਮਿਲਾਉਣ ਤੋਂ ਬਾਅਦ ਕਿਉਂਕਿ ਪਰਿਵਾਰ ਦੀਆਂ इमोशनल ਭਾਵਨਾਵਾਂ ਜੁੜ ਜਾਂਦੀਆਂ ਫਿਰ ਆਪਾਂ ਉਹਨੂੰ ਤੋੜ ਨਹੀਂ ਸਕਦੇ ਆਧੁਨਿਕ ਸਮਾਜ ਦੇ ਵਿੱਚ ਅਸੀਂ ਜੋ ਅੱਜ ਅੱਗੇ ਵਧਣਾ ਚਾਹੁੰਦੇ ਆਂ ਭਾਰਤ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆਂ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆਂ ਤੁਹਾਨੂੰ ਇਹ ਲੱਗਦਾ ਕਿ ਇਹ ਜਿਹੜੇ ਸਾਰੇ ਵਰਤਾਰੇ ਨੇ ਮਹਿਮਾ ਪਰਮਾਂ ਦੇ तमाम ਗੱਲਾਂ ਬਾਤਾਂ ਕੀਤੀਆਂ ਇਹ ਕੁਦਰਤ ਦੇ ਖਿਲਾਫ ਨੇ ਤੇ ਅੱਗੇ ਵਧਣ ਦੇ ਵੀ ਖਿਲਾਫ ਨੇ ਬਿਲਕੁਲ ਖਿਲਾਫ ਨੇ ਜੇ ਸਾਡਾ ਨਜ਼ਰੀਆ ਸੈਂਟੀਫਿਕ ਹੋਵੇ ਮੈਂ ਕਹਿ ਸਕਦਾ ਕਿ ਤੁਹਾਡੀ ਪੂਰੀ ਲਾਈਫ ਪੂਰੇ ਸਮਾਜ ਦੀ ਲਾਈਫ ਠੀਕ ਹੋ ਜੂਗੀ ਮਸਲਨ ਤੋਂ ਤਸੋ ਚੰਡਕ ਵਿਗਿਆਨਕ ਹੈ ਹੁਣ ਮੈਨੂੰ ਫੋਨ ਆਉਂਦਾ ਕਿ ਰਜਿੰਦਰ ਜੀ ਤੁਹਾਡੀ ਲਾਟਰੀ ਨਿਕਲੀ ਹੈ 10 ਲੱਖ ਦੀ ਹੁਣ ਮੈਨੂੰ ਪਤਾ ਮੈਂ ਲਾਟਰੀ ਤਾਂ ਪਾਈ ਨਹੀਂ ਤੇ ਮੈਂ ਉਹਨਾਂ ਨੂੰ ਪੁੱਛਣ ਲੱਗ ਜਾ ਹਾਂ ਤੁਸੀਂ ਪੈਸੇ ਕਿਵੇਂ ਦੇਵੋਗੇ ਉਹ ਫਿਰ ਕਹਿਣਗੇ ਤੁਸੀਂ ਅਕਾਊਂਟ ਨੰਬਰ ਭੇਜ ਦਿਓ ਆਪਦਾ ਆਧਾਰ ਕਾਰਡ ਭੇਜ ਦਿਓ ਤੇ ਜੇ ਮੈਂ ਸਾਰਾ ਕੁਝ ਉਹਨਾਂ ਨੂੰ ਦੇ ਦਿਆਂ ਤੇ ਫਿਰ ਉਹ ਅਕਾਊਂਟ ਨੂੰ ਖਾਲੀ ਕਰ ਦੇਣ ਤੇ ਫਿਰ ਮੈਂ ਤਾਂ ਇਹ ਕਹੂੰਗਾ ਵੀ ਜੇ ਸਾਡਾ ਸੈਂਟੀਫਿਕ ਨਜ਼ਰੀਆ ਹੋਵੇ ਫਿਰ ਤਾਂ ਅਸੀਂ ਇਹ ਸੋਚਾਂਗੇ ਯਾਰ ਉਹ ਮੈਨੂੰ 10 ਲੱਖ ਕਿਉਂ ਦੇਣ ਨੂੰ ਕਹਿੰਦਾ ਲੋਟਰੀ ਤਾਂ ਉਹਦੀ ਨਿਕਲ ਆਉਗੀ ਫਿਰ ਲੋਟਰੀ ਤਾਂ ਉਹਦੀ ਹੈ ਨਾ ਇਹ ਇੱਕ ਖੇਤਰ ਦੀ ਗੱਲ ਨਹੀਂ ਹੈ ਇਹਨੂੰ ਜੇ ਅਸੀਂ ਦੂਜੇ ਪਾਸੇ ਵੀ ਲਿਆਵਾਂਗੇ ਮੰਨ ਲਓ ਘਰ 'ਚ ਪਰਿਵਾਰ 'ਚ ਦੋ ਲੜਕੀਆਂ ਹਨ ਹਮਮ ਪਰਿਵਾਰ 'ਚੋਂ ਦਾ ਲੜਕਾ ਹਮ ਹੁਣ ਆਪਾਂ ਨੂੰ ਪਤਾ ਕਿ ਕੁਦਰਤ ਦਾ ਕਿ ਨਿਯਮ ਹੈ ਉਹਦੇ 'ਚ ਐਕਸ ਐਕਸ ਕਰੋਮੋਸੋਮ ਮਿਲ ਕੇ ਲੜਕੀ ਪੈਦਾ ਹੋ ਜਾਂਦੀ ਜੇ ਐਕਸ ਤੇ ਮਨੁੱਖ ਦਾ ਬਾਈ ਮਿਲ ਜਣ ਤਾਂ ਲੜਕਾ ਪੈਦਾ ਹੋ ਜਾਂਦਾ ਹੁਣ ਜੇ ਤਾਂ ਸੀ ਸੈਂਟੀਫਿਕ ਆ ਫਿਰ ਤਾਂ ਅਸੀਂ ਐਂ ਸੋਚਾਂਗੇ ਅਸੀਂ ਤਾਂ ਬਹੁਤ ਸਾਰੇ ਲੋਕੀ ਇਹ ਜੇ ਬਾਬਿਆਂ ਦੇ ਡੇਰਿਆਂ ਤੇ ਜਾਂਦੇ ਦੇਖਿਆ ਪ੍ਰੈਗਨੈਂਸੀ ਦੇ ਤੀਜੇ ਚੌਥੇ ਪੰਜਵੇਂ ਛੇਵੇਂ ਮਹੀਨੇ ਜਾ ਕੇ ਵੀ ਉੱਥੇ ਸੁੱਖਾਂ ਸੁਖੀ ਜਾਂਦੇ ਆ ਵੀ ਸਾਡੇ ਲੜਕਾ ਹੋ ਜੇ ਜਦੋਂ ਕਿ ਵਿਗਿਆਨ ਨੇ ਗੱਲ ਸਿੱਧ ਕਰਤੀ ਕਿ ਲੜਕਾ ਤੇ ਲੜਕੀ ਦਾ ਪੈਦਾ ਹੋਣਾ ਪਹਿਲੇ ਦਿਨ ਹੀ ਜਦੋਂ ਅੰਡਾ ਤੇ ਅੰਡਕੋਸ਼ ਮਤਲਬ ਮਿਲਦਾ ਸਪਰਮ ਉਦੋਂ ਹੀ ਤੈ ਹੋ ਜਾਂਦਾ ਤੇ ਇਸੇ ਦੀ ਹੋੜ ਚੋਂ ਆਪਾਂ ਕਹਿ ਲਓ ਕਿ ਸਾਡਾ ਸਮਾਜ ਆ ਜਦੋਂ ਸਾਡਾ ਇਹ ਨਜ਼ਰੀਆ ਨਹੀਂ ਹੁੰਦਾ ਤਾਂ ਫੇਰ ਅਸੀਂ ਕੀ ਕਰਦੇ ਆ ਸਾਡਾ ਸੰ ਕਿਸੇ ਦੇ ਦੋ ਕੁੜੀਆਂ ਹੋ ਗਈਆਂ ਫਿਰ ਸਮਾਜ ਵਾਲਾ ਦਾ ਪਤਾ ਕੀ ਕਹਿੰਦਾ ਔਰਤ 'ਚ ਕਸੂਰ ਘੜਦਾ ਇਹਦੀ ਕੁੱਖ ਲੈਣੀ ਐ ਇਹ ਮੁੰਡਾ ਨਹੀਂ ਜੰਮਦੀ ਇਹ ਸਾਡੀ ਕੁੱਲ ਦਾ ਵਾਰਿਸ ਨਹੀਂ ਜੰਮਦੀ ਜਦੋਂ ਕਿ ਜੇ ਸੈਂਟਿਫਿਕ ਸੋਚ ਆ ਸਾਡੀ ਵਿਗਿਆਨ ਨੇ ਸਿੱਧ ਕਰਤਾ ਹੁਣ ਤਾਂ ਸੱਤਵੀਂ ਦੀ ਕਿਤਾਬ 'ਚ ਆ ਗਿਆ ਇਹ ਕਿ ਮੁੰਡਾ ਪੈਦਾ ਹੋਣ 'ਚ ਔਰਤ ਦੀ ਕੋਈ ਭੂਮਿਕਾ ਨਹੀਂ ਕਿਉਂਕਿ ਉਹਦੇ 'ਚ ਤਾਂ ਕਰੋਮੋਸੋਮੀ ਐਕਸ ਆ ਹੂੰ ਵਾਈ ਦਾ ਮਰਦ ਹੋਣੀ ਹੋਣਾ ਸੋ ਮੈਂ ਕਹਿਣਾ ਚਾਹੁੰਦਾ ਸੀ ਵੀ ਹਰ ਖੇਤਰ ਕੋਈ ਮਰਜ਼ੀ ਖੇਤਰ ਚੱਕ ਲੋ ਤੁਹਾਡਾ ਬੱਚਾ ਪੜਦਾ ਅਸੀਂ ਸਮਾਜ ਸਾਡਾ ਕਿਉਂਕਿ ਪੈਸੇ ਦੀ ਦੌੜ ਚ ਪਿਆ ਉਹ ਸੋਚਦਾ ਵੀ ਯਾਰ ਡਾਕਟਰ ਬਣ ਕੇ ਬੜੇ ਪੈਸੇ ਇਕੱਠੇ ਹੁੰਦੇ ਡਾਕਟਰ ਬਣਾਉਣਾ ਬੱਚਾ ਇੰਜੀਨੀਅਰ ਬਣਨ ਨੂੰ ਚਾਹੁੰਦਾ ਬੱਚਾ ਸਪੋਰਟਸਮੈਨ ਬਣਨ ਨੂੰ ਚਾਹੁੰਦਾ ਬੱਚਾ ਸੰਗੀਤਕਾਰ ਬਣਨਾ ਚਾਹੁੰਦਾ ਬੱਚਾ ਡਾਂਸਿੰਗ 'ਚ ਜਾਣਾ ਚਾਹੁੰਦਾ ਅਸੀਂ ਉਹ ਨਹੀਂ ਉਹਦਾ ਧਿਆਨ ਨਹੀਂ ਰੱਖਦੇ ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਆਪਾਂ ਜੇ ਰੈਸ਼ਨਲ ਥਿੰਕਿੰਗ ਹੋ ਤਾਂ ਸਾਡੀ ਸਮਾਜਿਕ ਜ਼ਿੰਦਗੀ ਪਰਿਵਾਰਕ ਜ਼ਿੰਦਗੀ ਬਹੁਤ ਵਧੀਆ ਖੋਸਾਕ ਜੀ ਕੁੜੀ ਤੇ ਮੁੰਡੇ ਚ ਕੋਈ ਫਰਕ ਨਹੀਂ ਨਹੀਂ ਦੋਵੇਂ ਕੁਦਰਤ ਦੀ देन ਨੇ ਸਾਨੂੰ ਦੋਵਾਂ ਦਾ ਸਤਿਕਾਰ ਕਰਨਾ ਚਾਹੀਦਾ ਜੀ ਹੁਣ ਸਾਡੇ ਦਰਸ਼ਕ ਇਹ ਜਾਨਣਾ ਚਾਹੁੰਦੇ ਨੇ ਕਿ ਉਹ ਤਾਂ ਗੱਲ ਹੋ ਗਈ ਤੇ ਇਹਦੇ ਵਿੱਚ ਕੀ ਹੈ ਜੀ ਦੇਖੋ ਗੱਲ ਫੇਰ ਸੈਂਟੀਫਿਕ ਟੈਂਪਰ ਦੀ ਆਉਣੀ ਹੈ ਬਿਲਕੁਲ ਜੀ ਕੁਛ ਨਹੀਂ ਗੱਲ ਬੜੀ ਛੋਟੀ ਗੱਲ ਹੈ ਛੋਟੀ ਜੀ ਆਈਟਮ ਹੈ ਇੱਕ ਆਪਣੇ ਕੋਲ ਤਿੰਨ ਹੀ ਚੀਜ਼ਾਂ ਇੱਕ ਤਾਸ਼ ਦਾ ਪੱਤਾ ਇੱਕ ਇਹ ਡੱਬੀ ਹੈ ਤੀਸਰਾ ਕਵਰ ਹੈ ਇਹ ਵਾਲਾ ਕਰਨਾ ਕੀ ਹੈ ਕੁਝ ਨਹੀਂ ਕਰਨਾ ਆਪਾਂ ਤਾਂ ਇਹਨੂੰ ਇਹਦੇ ਵਿੱਚ ਪਾਉਣਾ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਕਵਰ ਦੇ ਵਿੱਚ ਪਾ ਦੇ ਪਾ ਦੇ ਹੁਣ ਤਾੰਤਰਕ ਕੀ ਕਰਦੇ ਹੈ ਇਹ ਜਿਹੇ ਆਈਟਮਾਂ ਨੂੰ ਵਰਤਣ ਲੱਗ ਗਏ ਵੀ ਜੇ ਕਿਸੇ ਨੂੰ ਐਂ ਕਹਿਣਾ ਹੋਵੇ ਵੀ ਭਾਈ ਤੁਹਾਡੇ ਘਰ 'ਚ ਬਹੁਤ ਸਾਰੀਆਂ ਮੁਸ਼ਕਲਾਂ ਅਸੀਂ ਦੂਰ ਕਰ ਸਕਦੇ ਹਾਂ ਕਿਵੇਂ ਕਰ ਸਕਦੇ ਹਾਂ ਕੋਈ ਐਂ ਵੀ ਕਹਿ ਸਕਦਾ ਕੋਈ ਕਹਿ ਸਕਦਾ ਵੀ ਖੁਸ਼ੀਆਂ ਪ੍ਰਾਪਤ ਕਰਨੀਆਂ ਕਿਵੇਂ ਆਉਣਗੀਆਂ ਉਹ ਕੀ ਕਰਦੇ ਆ ਕਵਰ ਆਪਾਂ ਉੱਥੇ ਰੱਖਤਾ ਇਹ ਪਤਾ ਉਹ ਕਰਦੇ ਕੀ ਆ ਕਿ ਇਸ ਤਰ੍ਹਾਂ ਕਰਨ ਤੋਂ ਬਾਅਦ ਦੇਖਣ ਤੋਂ ਬਾਅਦ ਕਹਿੰਦੇ ਵੀ ਸਾਨੂੰ ਘਰ ਵਿੱਚ ਬਹੁਤ ਸਾਰੀਆਂ ਮੁਸ਼ਕਲ ਬਿਮਾਰੀ ਠਮਾਰੀ ਆ ਰੁਜਗਾਰ ਚਪੜ ਇਹ ਸਾਰੀਆਂ ਮੁਸ਼ਕਲਾਂ ਦਾ ਇੱਕੋ ਹੀ ਹੱਲ ਆ ਹੱਲ ਕੀ ਆ ਕੋਈ ਕਹਿੰਦਾ ਮੈਂ ਤਵੀਤ ਦੇ ਦੂੰ ਕੋਈ ਕਹਿੰਦਾ ਤੁਹਾਡਾ ਘਰ ਕੀਲ ਦੂੰ ਕੋਈ ਕੁਝ ਕਹਿੰਦਾ ਕਹਿਣ ਤੋਂ ਬਾਅਦ ਕੀ ਕਰਦੇ ਉਹ ਇਹਨੂੰ ਕਿਸੇ ਚੀਜ਼ 'ਚ ਲਪਕੋ ਵੀ ਸਕਦੇ ਆ ਲਪਕੋ ਕੇ ਜਾਂ ਪਾਏ ਕਹ ਲੋ ਵੀ ਅ ਕੱਪੜੇ ਦੇ ਪਰਦੇ ਥੱਲੇ ਲਪਕੋ ਵੀ ਸਕਦੇ ਆ ਪਰ ਆਪਾਂ ਇਹਨੂੰ ਗੱਲ ਨੂੰ ਜਮਨ ਸਪਸ਼ਟ ਸਾਹਮਣੇ ਕਰਾਂਗੇ ਆਪਾਂ ਬਿਲਕੁਲ ਇਸ ਤਰ੍ਹਾਂ ਕਰਾਂਗੇ ਉਹ ਕਹਿਣਗੇ ਕਿ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੀ ਜਿਹੜੀ ਅਸਲ ਜੜ੍ਹ ਸੀ ਉਹ ਖਤਮ ਹੋ ਗਈ ਤੇ ਦੇਖ ਲਓ ਪੱਤਾ ਜਿਹੜਾ ਇਹ ਗਾਇਬ ਹੋ ਗਿਆ ਹੁਣ ਮੈਂ ਇਥੇ ਇਹ ਗੱਲ ਇੰਨੀ ਕੀ ਸਮਝਾਉਣੀ ਚਾਹੁੰਦਾ ਆ ਕਿ ਸਾਰੇ ਦਰਸ਼ਕ ਸਮਝ ਲੈਣ ਵੀ ਪੱਤਾ ਗਾਇਬ ਕਿਵੇਂ ਹੋ ਜਾਂਦਾ ਸਾਡੇ ਦਰਸ਼ਕਾਂ ਵਾਸਤੇ ਜੇ ਉਹਨਾਂ ਦਾ ਵਿਗਿਆਨਕ ਨਜ਼ਰੀਆ ਤੋਂ ਹਰ ਗੱਲ ਨੂੰ ਨੋਟ ਕਰਨਗੇ ਜੇ ਤੁਸੀਂ ਹਰ ਗੱਲ ਨੋਟ ਕਰੋਗੇ ਤਾਂ ਤੁਹਾਨੂੰ ਇਹ ਸਮਝ ਆ ਜਾਊਗੀ ਕਿ ਅਸਲ ਦੇ ਵਿੱਚ ਪੱਤਾ ਕਿੱਥੇ ਜਾਂਦਾ ਪੱਤਾ ਇਸ ਕਵਰ 'ਚ ਹੈ ਦੋ ਗੱਲਾਂ ਧਿਆਨ ਚ ਰੱਖੋਗੇ ਅੱਦੇ ਮਿੰਟ ਦੇ ਵਿੱਚ ਹੀ ਆਪਾਂ ਤੁਹਾਡੇ ਸਾਹਮਣੇ ਇੱਥੇ ਪਾਇਆ ਆ। ਆ ਕਵਰ ਹੁਣ ਤੁਸੀਂ ਦੇਖੋਗੇ ਕਿ ਕਵਰ ਮੈਂ ਉੱਪਰੋਂ ਥੱਲੇ ਨੂੰ ਲਿਆ ਰਿਹਾ ਹਾਂ। ਚਲੇ ਗਿਆ ਉੱਪਰੋਂ। ਪਰ ਜਦੋਂ ਮੈਂ ਡੱਬੇ ਇਹਦੇ ਵਿੱਚੋਂ ਕੱਢੀ ਆ ਤਾਂ ਮੈਂ ਕੀ ਕੀਤਾ ਮੈਂ ਕਵਰ ਉੱਪਰ ਨੂੰ ਨਹੀਂ ਖਿੱਚਿਆ ਮੈਂ ਡੱਬੀ ਕੱਢੀ ਆ ਵਿੱਚੋਂ ਇਹਦੇ। ਹਾਂਜੀ। ਹੁਣ ਤੁਹਾਨੂੰ ਪਤਾ ਲਿਸੀ ਜਾਂਦਾ ਇੱਕ ਚਲਾਕੀ ਤਾਂ ਇੱਥੇ ਹੋ ਜਾਂਦੀ। ਉਹ ਪੱਤਾ ਕਵਰ ਵਿੱਚ ਸਿੱਧਾ ਕਿਸੇ ਦਾ ਇਸ ਵੇਲੇ ਧਿਆਨ ਨਹੀਂ ਪਰ ਉਹ ਪੱਤਾ ਇਸ ਕਵਰ ਦੇ ਅੰਦਰ ਹੈ ਫਿਰ ਤੁਹਾਡੇ ਦਿਮਾਗ ਨੂੰ ਵੀ ਇਹ ਪੱਤਾ ਕਿੱਥੋਂ ਆਇਆ ਹੂੰ ਕੁਝ ਨਹੀਂ ਹੈ ਬੜੀ ਛੋਟੀ ਜੀ ਆਈਟਮ ਹੈ 150 ਰੁਪਏ ਦੀ ਹੈ ਇਹ ਮਿਲ ਜਾਂਦੀ ਹੈ ਕੋਰੀਅਰ ਰਾਹੀਂ ਦਿੱਲੀੋਂ ਵੀ ਆ ਜਾਂਦੀ ਹੈ ਇਸ ਫਰੇਮ ਦੇ ਵਿੱਚ ਇੱਕ ਪੱਤਾ ਕੱਟ ਕੇ ਪਹਿਲਾਂ ਹੀ ਪਾਇਆ ਹੋਇਆ ਹੈ ਹੂੰ ਹੂੰ ਉਹ ਮੈਨੂੰ ਪਤਾ ਹੈ ਕਿ ਉਹ ਪੱਤੇ ਨੇ ਗਾਇਬ ਕਦੋਂ ਹੋਣਾ ਕੁਝ ਨਹੀਂ ਇਹਨੂੰ ਜਦੋਂ ਆਪਾਂ ਇੱਥੇੋਂ ਕਰੀਏ ਆਪਾਂ ਕਿਸੇ ਤੋਂ ਫੂਕ ਵੀ ਮਰਵਾ ਸਕਦੇ ਹਾਂ ਜੇ ਫੂਕ ਮਰਵਾਵਾਂਗੇ ਪਤਾ ਗਾਇਬ ਹੋ ਜਾਊਗਾ ਤੇ ਜੇ ਆਪਾਂ ਚਾਹਾਂਗੇ ਵੀ ਪਤਾ ਮੋੜ ਆਊਗਾ ਆਉਣ ਦੇ ਕੀ ਹੈ ਕੁਝ ਨਹੀਂ ਹੈ ਪੱਤਾ ਦੇਖੋ ਬੜੀ ਸ਼ੇਤੀ ਆਊਗਾ ਮੈਂ ਆਪਦਾ ਹੱਥ ਪਰੇ ਕਰੂੰ ਪੱਤਾ ਆ ਜਾਏ ਕੁਛ ਨਹੀਂ ਹੈ ਬੜੀ ਛੋਟੀ ਜੀ ਹੈ ਮੇਰਾ ਕਹਿਣ ਦਾ ਮਤਲਬ ਕੀ ਹੈ ਜੇ ਸਾਡਾ ਨਜ਼ਰੀਆ ਸੈਂਟੀਫਿਕ ਆ ਜਿਹੜਾ ਵੀ ਕੋਈ ਆਈਟਮ ਸਾਡੇ ਸਾਹਮਣੇ ਕੋਈ ਕਰਨੀ ਚਾਹੁੰਦਾ ਓਕੇ ਓਕੇ ਅਸੀਂ ਉਹਨੂੰ ਜੇ ਉਹਦੇ ਵੱਲ ਨਿਗਾਹ ਰੱਖਾਂਗੇ ਹੋ ਸਕਦਾ ਸਾਰੀਆਂ ਗੱਲਾਂ ਨਾ ਪਤਾ ਲੱਗਣ ਪਰ ਨਜ਼ਰੀਆ ਤਾਂ ਸੈਂਟੀਫਿਕ ਹੋਣਾ ਚਾਹੀਦਾ ਅਸੀਂ ਸੋਚੀਏ ਅਸੀਂ ਪੁੱਛੀਏ ਵੀ ਆਹ ਸਮਾਨ ਦੇ ਵਿੱਚੋਂ ਪਤਾ ਕੀ ਹਾਂ ਥੋੜੇ ਦਰਸ਼ਕਾਂ ਦੀ ਰੁਚੀ ਦੇ ਲਈ ਕਿ ਇਸ ਡੱਬੀ ਨੂੰ ਜਦੋਂ ਉਲਟਾ ਕੀਤਾ ਜਾਂਦਾ ਇੱਕ ਪੱਤੇ 'ਚ ਕੱਟ ਕੇ ਪਾਇਆ ਹੋ ਦੇ ਕੱਟੇ ਹੋਏ ਭਾਗ ਆ ਜਿਹੜੇ ਹੁਣ ਇਸ ਜਗ੍ਹਾ ਤੇ ਆ ਗਏ ਆ ਜਦੋਂ ਇਹਨੂੰ ਉਲਟਾ ਦਿੱਤਾ ਜਾਂਦਾ ਪਰ ਪੂਰੇ ਜਿਹੜੇ ਕਟ ਨਹੀਂ ਕੱਟੇ ਹੋਏ ਪਾਗੋ ਸਾਹਮਣੇ ਆ ਜਾਂਦੇ ਆ ਸੋ ਮੈਂ ਤਾਂ ਕਹੂੰਗਾ ਕਿ ਹਰ ਮਸਲੇ ਲਈ ਜਿਹੜਾ ਸਾਡਾ ਨਜ਼ਰੀਆ ਉਹ ਵਿਗਿਆਨਕ ਹੋ ਜੇ ਮੈਂ ਨਹੀਂ ਕਹਿੰਦਾ ਗਰੀਬੀ ਚੱਕੀ ਜਊ ਪਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਅਸੀਂ ਆਪ ਕਰ ਲਾਂ ਜੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਾਦੂ ਇਹ ਹੈ ਕਿ ਇਨਸਾਨ ਜਦੋਂ ਮਿਹਨਤ ਕਰਦਾ ਹੈ ਤੇ ਉਦੋਂ ਉਹਦਾ ਫਲ ਮਿਲਦਾ ਹੈ ਕਿਉਂਕਿ ਕੁਦਰਤ ਉਹਦਾ ਸਾਥ ਦਿੰਦੀ ਹੈ ਇੱਕ ਸੁਨੇਹਾ ਜ਼ਰੂਰ ਦੇ ਦਿਓ ਅ ਬਸ ਮੈਂ ਇਹਨਾਂ ਕਹਿਣਾ ਜਾਊਂਗਾ ਤੁਸੀਂ ਮੰਨੋ ਜਿਹਨੂੰ ਮਰਜੀ ਪੜ੍ਹਉ ਤੋਂ ਪਹਿਲਾਂ ਪੜਤਾਲ ਜ਼ਰੂਰ ਕਰ ਲੋ ਪੜਤਾਲ ਕਰਨ ਤੋਂ ਜੇ ਤੁਸੀਂ ਬਿਨਾਂ ਕਿਸੇ ਚੀਜ਼ ਨੂੰ ਮੰਨੋਗੇ ਤਾਂ ਡਾਕਟਰ ਕਬੂਰ ਜਿਨ੍ਹਾਂ ਦਾ ਜਨਮ ਦਿਨ ਪਰਸੋ ਹੀ ਸੀ 10 ਅਪ੍ਰੈਲ 1898 ਨੂੰ ਹੋਇਆ ਸੀ ਜਿਹਦਾ ਇਹ ਸਾਰਾ ਮਿਸ਼ਨ ਚਲਾਇਆ ਹੋਇਆ ਆਰਗੇਨਾਈਜ਼ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਬਿਨਾਂ ਪੜਤਾਲ ਕਰਨ ਤੋਂ ਮੰਨਦੇ ਹੋ ਤਾਂ ਤੁਸੀਂ ਫਿਰ ਲਾਈ ਲਾਗੋ ਮੂਰਖ ਤੱਕ ਦਾ ਉਹਨੇ ਸ਼ਬਦ ਵਰਤਿਆ ਉਹਨੇ ਇਹ ਵੀ ਕਿਹਾ ਸੀ ਕਿ ਜੇ ਫਿਰ ਤੁਹਾਨੂੰ ਕੋਈ ਪੜਤਾਲ ਨਹੀਂ ਕਰ ਲੈਂਦਾ ਜਾਂ ਤਾਂ ਉਹ ਮਾਨਸਿਕ ਰੋਗੀ ਆ ਜਾਂ ਉਹ ਧੋਖੇਬਾਜ਼ ਹੈ ਜੇ ਇਹਨਾਂ ਗੱਲਾਂ ਨੂੰ ਸਾਡਾ ਸਮਾਜ ਲੈ ਕੇ ਚੱਲੂਗਾ ਕਾਫੀ ਕੁਝ ਅਸੀਂ ਸਮਝ ਸਕਦੇ ਜੀ ਆਪਣੀ ਮਿਹਨਤ ਦੀ ਰੋਟੀ ਖਾਈਏ ਔਰ ਦੂਸਰੇ ਨੂੰ ਠੱਗ ਕੇ ਵਹਿਮਜ ਪਾ ਕੇ ਆਪਣੀ ਜੇਬ ਚ ਪੈਸੇ ਪਾਉਣਾ ਇਹ ਸਹੀ ਬੰਦੇ ਦਾ ਕੰਮ ਨਹੀਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨਾਲ ਇੱਕ ਵਿਗਿਆਨਿਕ ਸੋਚ ਸਾਂਝੀ ਕੀਤੀ ਹੈ ਮਿਹਨਤ ਕਰੋ ਲਗਨ ਦੇ ਨਾਲ ਬਾਕੀ ਸਾਰੇ ਕੰਮ ਆਪਣੇ ਆਪ ਹੋ ਜਾਂਦੇ ਨੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸ਼ੁਕਰੀਆ ਤੁਹਾਡਾ ਵੀ ਸ਼ੁਕਰੀਆ